ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਖਾਸ ਪੇਸ਼ਕਸ਼ ਪੰਜਾਬ 1947 ਪੰਜਾਬ ਦੀ ਵੰਡ ਵਿੱਚ ਮੈਂ ਗੁਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਜੀ। ਅੱਜ ਪੰਜਾਬ ਨੂੰ ਵੰਡ ਹੋਏ 73 ਸਾਲ ਹੋ ਚੁੱਕੇ ਨੇ। ਸ਼ਾਇਦ ਇੱਕ ਦੋ ਜਨਰੇਸ਼ਨਾਂ ਜਿਹੜੀਆਂ ਨੇ ਉਹ ਚਲੀ ਗਈਆਂ ਨੇ, ਬਹੁਤ ਘੱਟ ਨੇ। ਕੋਈ ਕੋਈ ਸ਼ਾਇਦ ਹੈ ਜੋ ਅੱਜ ਜਿੰਦਾ ਆ, ਜਾਂ ਫਿਰ ਜਿਨ੍ਹਾਂ ਨੇ ਪੰਜਾਬ ਦੀ ਵੰਡ ਦੇਖੀ ਹੈ ਤਾਂ ਉਹ ਬਹੁਤ ਛੋਟੀ ਉਮਰ ਦੇ ਵਿੱਚ ਹੋਣਗੇ। ਸ਼ਾਇਦ ਸਾਨੂੰ ਉਹ ਅੱਜ ਉਹ ਕਹਾਣੀਆਂ ਜਾਂ ਉਹ ਜੋ ਉਹਨਾਂ ਨੇ ਦੇਖਿਆ ਜਾਂ ਜੋ ਉਦੋਂ ਦਾ ਮਾਹੌਲ ਸੀਗਾ ਉਹ ਸਾਨੂੰ ਨਾ ਦੱਸ ਸਕਣ। ਅਤੇ ਅੱਜ ਜਿਹੜੇ ਸਾਡੇ ਕੋਲ ਰਿਸੋਰਸਿਸ ਅਵੇਲੇਬਲ ਨੇ, ਅਸੀਂ ਉਹਨਾਂ ਤੋਂ ਪੜ੍ਹ ਕੇ ਹੀ, ਜਾਂ ਸਾਡੇ ਜਿਹੜੇ ਹਿਸਟੋਰੀਅਨਸ ਨੇ ਉਹਨਾਂ ਤੋਂ ਹੀ ਅਸੀਂ ਪੰਜਾਬ ਦੀ ਵੰਡ ਜਾਂ ਉਹ ਤੋਂ ਪਹਿਲਾਂ ਦੇ ਪੰਜਾਬ ਦੀਆਂ ਕਹਾਣੀਆਂ ਜਾਂ ਉਹਦੀ ਸੱਚਾਈ ਜਿਹੜੀ ਆ ਉਹ ਜਾਣ ਸਕਦੇ ਹਾਂ। ਸਾਡੀ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਪੰਜਾਬ ਦੀ ਵੰਡ ਦੇ ਵੱਖਰੇ ਵੱਖਰੇ ਪਹਿਲੂ ਜਿਹੜੇ ਨੇ ਉਹਨਾਂ ਨੂੰ ਡਿਸਕਸ ਕਰੀਏ ਤਾਂ ਤੁਹਾਡੇ ਸਾਹਮਣੇ ਪੇਸ਼ ਕਰੀਏ। ਅੱਜ ਇਸੇ ਕੜੀ ਦੇ ਵਿੱਚ ਸਾਡੇ ਨਾਲ ਸਿੱਖ ਰਿਸਰਚ ਇੰਸਟੀਟਿਊਟ ਤੋਂ ਸਰਦਾਰ ਹਰਿੰਦਰ ਸਿੰਘ ਜੀ ਜੁੜੇ ਹੋਏ ਨੇ, ਜੋ ਕਿ ਅਮੈਰੀਕਾ ਤੋਂ ਨੇ। ਤਾਂ ਉਹ ਹਿਸਟੋਰੀਅਨ ਨੇ, ਬਹੁਤ ਵਧੀਆ ਸਪੀਕਰਸ ਨੇ, ਤਾਂ ਇੱਕ ਰਿਸਰਚਰਸ ਨੇ। ਤਾਂ ਮੈਂ ਭਾਈ ਸਾਹਿਬ ਜੀ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਤਾ ਹਾਂ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਉਹ ਸਾਡੇ ਨਾਲ ਡਿਸਕਸ ਕਰਨਗੇ ਇਹਦੇ ਇੱਕ ਵੱਖਰੇ ਵੱਖਰੇ ਜਿਹੜੇ ਪਹਿਲੂ ਨੇ। ਹਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਜੀ। ਭਾਜੀ, ਤੁਸੀਂ ਜਿੱਦਾਂ ਸੁਣੀ ਲਿਆ ਕਿ ਜਿੱਦਾਂ ਆਪਣੀ ਪਹਿਲਾਂ ਵੀ ਡਿਸਕਸ਼ਨ ਹੋਈ ਹੈ ਕਿ ਪੰਜਾਬ 1947 ਦੇ ਸੰਦਰਭ ਦੇ ਵਿੱਚ ਆਪਾਂ ਅੱਜ ਗੱਲ ਕਰਨੀ ਹੈ, ਤਾਂ ਤੁਸੀਂ ਵੀ ਕਾਫੀ ਇਹਦੇ ਉੱਤੇ ਸਪੀਚਸ ਵੀ ਦਿੱਤੀਆਂ ਨੇ, ਲਿਖਿਆ ਵੀ ਹੈ, ਤਾਂ ਕਾਫੀ ਵਾਰ ਤੁਸੀਂ ਬੋਲਿਆ ਹੈ, ਤਾਂ ਕਾਫੀ ਤੁਹਾਡੀ ਰਿਸਰਚ ਵੀ ਹੈ। ਤੇ ਅੱਜ ਮੈਂ ਜਿਹੜਾ ਇੱਕ ਡਿਸਕਸ਼ਨ ਕਰਨਾ ਚਾਹੁੰਦਾ, ਟੋਪਿਕ ਰੱਖਣਾ ਚਾਹੁੰਦਾ ਕਿ ਸਾਈਕੋਲੋਜੀਕਲ ਇੰਪੈਕਟ ਜੋ ਪੰਜਾਬੀਆਂ ਦੇ ਉੱਤੇ ਹੋਇਆ, ਜੋ ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ, ਹਿੰਦੂ ਮੁਸਲਿਮ ਸਾਰੀ ਇੱਕ ਆਬਾਦੀ ਵਸਦੀ ਸੀ ਜਿਹੜੀ ਆਪਣੇ ਉਹਨੂੰ ਪੰਜਾਬੀ ਕਹਿੰਦੇ ਸੀਗੇ। ਤੁਸੀਂ ਇਹਦੇ ਵਿੱਚ ਪਹਿਲਾਂ ਇੱਕ ਇਨੀਸ਼ਲੀ ਇੰਟਰੋ ਵਿੱਚ ਕੀ ਕਹਿਣਾ ਚਾਹੋਗੇ ਸਟਾਰਟ, ਕਿ ਤੁਹਾਡਾ ਕੀ ਕਮੈਂਟ ਹੋਊਗਾ ਕਿ ਕਿੱਦਾਂ ਦਾ ਸਾਈਕੋਲੋਜੀ ਪਹਿਲਾਂ ਕਿੱਦਾਂ ਦੀ ਸੀ ਪੰਜਾਬੀਆਂ ਦੀ 47 ਤੋਂ ਪਹਿਲਾਂ, ਤਾਂ ਉਹਦੇ ਬਾਰੇ ਆਪਾਂ ਪਹਿਲਾਂ ਦੱਸੀਏ ਕਿ ਕਿੱਦਾਂ ਦੀ ਸਾਈਕੀ ਸੀ ਪੰਜਾਬ ਦੇ ਵਿੱਚ ਲੋਕਾਂ ਦੀ। ਦੇਖੋ ਜੀ, ਪੰਜਾਬ ਜਿਹੜਾ ਲਫ਼ਜ਼ ਹੀ ਆਪਣੇ ਆਪ 'ਚ ਹੈਗਾ, ਉਹ ਪੰਜਾਂ ਦਰਿਆਵਾਂ ਦੀ ਧਰਤੀ ਨਾਲ ਜੁੜਿਆ ਹੋਇਆ। ਸੋ ਪੰਜਾਂ ਦਰਿਆਵਾਂ ਦੇ ਵਿਚਾਲੜੇ ਜਿਹੜੇ ਦੋ ਆਬ ਹੁੰਦੇ ਸੀ, ਉਹਨਾਂ ਹਿੱਸਿਆਂ ਵਿੱਚ ਪੰਜਾਬੀ ਰਹਿੰਦੇ ਸੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜੁੜਿਆ ਹੋਇਆ ਕਿੱਸਾ ਪੰਜਾਬ ਦਾ ਹੈਗਾ, ਪੰਜਾਬ ਦੀ ਜ਼ਮੀਨਾਂ ਦੇ ਨਾਲ ਜਿਹੜੇ ਦਰਿਆਵਾਂ ਤੋਂ ਵਿਛਾੜੇ ਨੇ। ਤੁਸੀਂ ਹੁਣ ਜਿਉਂਦੇ ਉਹਨੂੰ, ਜੇ ਉਹਨੂੰ ਵੰਡੋਂਗੇ ਕਿਸੇ ਵੀ ਲੈਵਲ 'ਤੇ ਲਿਜਾ ਕੇ, ਜਿਵੇਂ 47 ਦੀ ਹੋਈ ਆ, ਜਿਵੇਂ ਸਾਡੇ ਘਰਾਂ ਦੀ ਵੀ ਅੱਜ ਹੁੰਦੀ ਆ, ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੇ ਭਾਈ ਭਾਈ ਨਾਲ ਵੀ ਲੜ ਪੈਂਦਾ ਅਤੇ ਗੰਡਾਸੇ ਵੀ ਬਾਹਰ ਆ ਜਾਂਦੇ ਨੇ। ਸੋ 47 ਵਿੱਚ ਇਸ ਤਰ੍ਹਾਂ ਦਾ ਜਿਹੜਾ ਹਮਸਾਇਆ ਜਾਤੀ ਸੀ, ਜੇ ਤੁਸੀਂ ਉਹਨਾਂ ਦੇ ਲੈਂਡ ਨੂੰ ਕਿਸੇ ਆਰਬਿਟਰੀ ਨੇਚਰ ਦੇ ਨਾਲ ਆਰਬਿਟਰੀਲੀ ਤਰੀਕੇ ਨਾਲ ਵੰਡ ਰਹੇ ਹੋ, ਅਤੇ ਉਹਦੇ ਵਿੱਚ ਫਿਰ ਧਰਮ ਨੂੰ ਇੱਕ ਹਾਵੀ ਕਰਕੇ ਲਿਆ ਰਹੇ ਹੋ, ਅਤੇ ਉਹਦੇ ਵਿੱਚ ਇੱਕ ਨਵੇਂ ਕਿਸਮ ਦੀ ਵੈਸਟਮਿੰਸਟਰ ਸਟਾਈਲ ਡੈਮੋਕਰੇਸੀ ਜਮਹੂਰੀਅਤ ਦਾ ਤਮਾਸ਼ਾ ਜ਼ਿਆਦਾ ਲਿਆ ਰਹੇ ਹੋ। ਇੱਕ ਆਮ ਘਰ ਦੀ ਵੰਡ ਦੇ ਵਿੱਚ ਜੇ ਇੰਨਾ ਕੁਛ ਹੋ ਜਾਂਦਾ, ਤੇ ਇੱਥੇ ਜਿੱਥੇ 4-5 ਮੇਜਰ ਫੈਕਟਰਸ ਆ ਜਾਂਦੇ ਨੇ, ਉਹਨੇ ਤਾਂ ਸਾਰੀ ਸਾਈਕੀ ਹਿਲਾ ਕੇ ਰੱਖਤੀ। ਜੋ ਪੰਜਾਬੀ ਸੀ ਤੇ 47 ਤੋਂ ਬਾਅਦ, ਜਾਂ 47 ਵਿੱਚ ਜੋ ਪੰਜਾਬੀ ਬਣ ਗਏ, ਤੇ ਉਸ ਤੋਂ ਬਾਅਦ ਜੋ ਹੁਣ ਪੰਜਾਬੀ ਆਪਣੇ ਆਪਣੇ ਖਿੱਤਿਆਂ ਵਿੱਚ ਰਹਿ ਗਏ ਨੇ, ਆਪਣੇ ਆਪਣੇ ਇੱਕ ਸਾਈਲੋਸ ਵਿੱਚ ਬਣ ਗਏ ਨੇ, ਸਾਈਕੋਲੋਜੀਕਲੀ ਅਸੀਂ ਕੰਪਲੈਕਸਿਸ ਵਿੱਚ ਆ ਗਏ ਹਾਂ, ਸਾਈਕੋਲੋਜੀਕਲੀ ਅਸੀਂ ਹੁਣ ਆਪਣੇ ਆਪ ਨੂੰ ਮਾਈਨੋਰਿਟੀਜ਼ ਮੰਗਣ ਲੱਗ ਗਏ ਹਾਂ, ਸਾਈਕੋਲੋਜੀਕਲੀ ਸਾਡਾ ਜਿਹੜਾ ਟਰੋਮਾ ਉਸ ਵੇਲੇ ਦਾ ਚੱਲ ਰਿਹਾ ਉਹ ਸਿੱਖਾਂ ਵਿੱਚ 84 ਵਿੱਚ ਵੀ ਦੇਖਣ ਨੂੰ ਆ ਰਿਹਾ, ਬਟ ਬਾਕੀ ਕੌਮਾਂ ਦੇ ਵਿੱਚ ਵੀ ਦੇਖਣ ਵਿੱਚ ਆ ਰਿਹਾ। ਸੋ ਬੇਸਿਕਲੀ ਅਸੀਂ ਅਨਸੈਟਲਡ ਚੱਲ ਰਹੇ ਹਾਂ, ਵਰਲਡ ਲੈਵਲ 'ਤੇ ਵੀ ਅਨਸੈਟਲਡ ਆ ਇਹ। ਨਾਸੀ ਜਰਮਨੀ ਨੇ, ਜਿਨ੍ਹਾਂ ਨੇ ਹੋਲੋਕੌਸਟ ਦੇ ਵਿਟਨੈਸਿਸ ਸੀਗੇ, ਅਤੇ ਜਿਨ੍ਹਾਂ ਨੇ 47 ਵਿੱਚ ਜੋ ਦੇਖਿਆ ਕਿ ਜਨਾਨੀਆਂ ਦੇ ਬ੍ਰੈਸਟ ਤੇ ਕਰਲਾ ਕੇ ਅਤੇ ਬੱਚਿਆਂ ਨੂੰ ਪਿਟਸ ਵਿੱਚ ਸਾੜ ਦਿੱਤਾ, ਕਹਿੰਦੇ ਉਸ ਤੋਂ ਗਾਹਾਂ ਦੀ ਗੱਲਾਂ ਹੋਈਆਂ ਨੇ। ਅਤੇ ਉਹ ਜਿਹੜਾ ਸੰਤਾਪ ਮਿਲੀਅਨਸ ਦੇ ਵਿੱਚ ਗਿਆ ਹੋਵੇ, ਰੇਪਸ 100,000 ਦੇ ਨੇੜੇ ਜਾ ਕੇ ਗਏ ਹੋਣ, ਬਟਵਾਰੇ ਦੇ ਵਿੱਚ 11 ਮਿਲੀਅਨ 20 ਮਿਲੀਅਨ 'ਚੋਂ ਜੇ ਲਵਾਂਗੇ ਪੰਜਾਬੀਆਂ ਨੇ ਆਪਣੇ ਉੱਤੇ ਸੰਤਾਪ ਹੰਡਾਇਆ ਹੋਵੇ, ਅਤੇ ਉਹਦਾ ਕੋਈ ਐਡਰੈਸਿੰਗ ਨਾ ਹੋਵੇ, ਉਹਦੇ ਕੋਲ ਵਾਰ ਕ੍ਰਾਈਮਸ ਦੀ ਗੱਲ ਨਾ ਹੋਵੇ, ਉਹਦੀ ਕੋਈ ਰੈਪਰੇਸ਼ਨ ਨਾ ਹੋਵੇ, ਉਹਦੀ ਕੋਈ ਸਾਈਕੋਲੋਜੀਕਲ ਟ੍ਰੀਟਮੈਂਟ ਤਿੱਕਰ ਦੀ ਗੱਲ ਨਾ ਕੀਤੀ ਜਾਵੇ। ਹੁਣ ਹਾਲ ਦੀ ਘੜੀਆਂ ਵਿੱਚ ਤਾਂ ਉਹਦੇ ਆਰਕਾਈਵਿੰਗ ਹੋਣੀ ਸ਼ੁਰੂ ਹੋਈ ਆ। ਸੋ ਉਹਨੇ ਸਾਡੇ ਸਾਰੇ ਪੰਜਾਬੀਆਂ ਨੂੰ ਹਿਲਾ ਕੇ ਰੱਖਿਆ ਹੋਇਆ, ਅਸੀਂ ਉਸ 'ਚੋਂ ਅੱਜ ਤੱਕ ਵੀ ਬਾਹਰ ਨਹੀਂ ਆਏ ਹਾਂ, ਕਿਉਂਕਿ ਅਸੀਂ ਉਹਦੇ ਨਾਲ ਡੀਲ ਨਹੀਂ ਕਰ ਪਾਏ ਹਾਂ। ਸਾਡੀ ਲਾਲਸਾ ਹੈਗੀ,
कुछ पंजाबियों की लालसा हैगी दोनों साइड के बॉर्डर की पाकिस्तान हिंदुस्तान के, बट क्योंकि पंजाबी नैशनलिज्म ही चेंज हो गया, वह भी एक इंडियन ते पाकिस्तानी नैशनलिज्म थले आ गया, साड़ी बिल्कुल साइकी नू साड़े साइकोलॉजिकल इंपैक्ट नू असी अजे एड्रेस ही नहीं कर पा रहे हैं। बिल्कुल भाजी। और ये सारे जिहड़ा संताप जिन्हां दी तुसीं गल कीती है, इहनूं कई जिहड़े साडे लेखक सीगे पंजाब दे दोनों पक्खां दे, उहनां ने कई किताबां दे विच इहनूं इहदा जिक्र कीता, और कई तरहां दीआं जिहड़ियां बुक्स ने उह इहदे विच लिखीआं गईआं ने, जिन्हां विचों इक शहदाद हुसैन मिंटो उहनां दी जिहड़ी किताब है टोबा टेक सिंह, जदों ते फिल्म भी बनी सीगी, साडे बहुत सारे दर्शकां ने देखी भी होएगी पढ़ी भी होएगी। उह ते जिद्दां इक बिशन सिंह दी कहानी है कि ਉਹ ਛੱਡਣ ਤੋਂ ਇਨਕਾਰ ਕਰਦਾ ਹੈ, ਉਹ ਕਹਿੰਦਾ ਵੀ ਮੈਂ ਆਪਣਾ ਪਿੰਡ ਟੋਬਾ ਟੇਕ ਸਿੰਘ ਛੱਡ ਕੇ ਨਹੀਂ ਜਾਣਾ, ਤਾਂ ਕਿਵੇਂ ਇੱਕ ਬਾਰਡਰ ਦੇ ਉੱਤੇ ਜਿਹਨੂੰ ਨੋ ਮੈਨ ਲੈਂਡ ਜ਼ੋਨ ਕਹਿੰਦੇ ਆ ਉੱਥੇ ਲੰਮਾ ਪੈ ਜਾਂਦਾ ਹੈ। ਮਤਲਬ ਇਹ ਜਿਹੜੇ ਇਮੋਸ਼ਨਸ ਨੇ ਇਹ ਅੱਜ ਵੀ ਜਨਰੇਸ਼ਨਾਂ ਜਿਹੜੀਆਂ ਕੈਰੀ ਕਰਦੀਆਂ ਨੇ, ਕਿਉਂਕਿ ਅਸੀਂ ਪੰਜਾਬ ਦੇ ਜਦੋਂ ਵੀ ਕਿਸੇ ਪਾਕਿਸਤਾਨੀ ਉਧਰਲੇ ਪੰਜਾਬ ਦੇ ਬੰਦੇ ਨੂੰ ਮਿਲਦੇ ਹਾਂ, ਤਾਂ ਮੈਨੂੰ ਕਈ ਪਿਛਲੇ ਦਿਨਾਂ ਦੇ ਵਿੱਚ ਕਮੈਂਟਸ ਵੀ ਆਏ ਅਤੇ ਕਈ ਮੈਸੇਜ ਵੀ ਆਏ ਕਿ ਵੀ ਮੈਂ ਫਲਾਨੀ ਜਗ੍ਹਾ ਤੋਂ, ਮੈਂ ਲੁਧਿਆਣੇ ਤੋਂ, ਮੈਂ ਗੁਰਦਾਸਪੁਰ ਤੋਂ, ਔਰ ਐਕਸਪੀਰੀਅੰਸ ਮੈਂ ਆਪ ਹੀ ਕੀਤਾ ਜਦੋਂ ਪਾਕਿਸਤਾਨ ਤਾਂ ਮੈਂ ਨਹੀਂ ਗਿਆ, ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲਿਆ ਸੀ ਪਿਛਲੇ ਸਾਲ, ਤਾਂ ਉੱਥੇ ਜਾ ਕੇ ਵੀ ਲੋਕਾਂ ਦੇ ਨਾਲ ਇਹ ਸਾਇਕੀ ਲੋਕ ਕਿੱਦਾਂ ਜੱਫੀ ਪਾ ਕੇ ਮਿਲਦੇ, ਜਿਵੇਂ ਤੁਸੀਂ ਮੈਂ ਉਹ ਪਿਆਰ ਉਹ ਇੱਕ ਇਵੇਂ ਲੱਗਦਾ ਕਿ ਜਿਵੇਂ ਕੋਈ ਵਿਛੜਿਆ ਤੁਹਾਨੂੰ ਮਿਲਿਆ ਹੁੰਦਾ ਆ, ਤਾਂ ਉਹ ਰੂਹ ਸਾਨੂੰ ਉੱਥੇ ਮਿਲਦੀ ਹੈ ਜੀ। ਇਹ ਤਾਂ ਦੇਖੋ ਭਾਈਚਾਰੇ ਦੇ ਲੈਵਲ ਤੇ ਜਾਂ ਅਸੀਂ ਆਪਾਂ ਕਹਿ ਸਕਦੇ ਹਾਂ ਕੌਮੀ ਲੈਵਲ ਤੇ ਵੀ ਹੁੰਦਾ, ਬਟ ਜਿਹੜੀ ਤੁਸੀਂ ਅਰਲੀਅਰ ਗੱਲ ਟੱਚ ਕੀਤੀ ਨਾ ਮਾਂਟੋ ਦੀ ਜਿਹੜੀ ਖੂਬਸੂਰਤ ਗੱਲ ਆ ਨਾ ਜਿਹੜੀ ਉਹਨੂੰ ਅਸੀਂ ਅਜੇ ਪੂਰੀ ਤਰ੍ਹਾਂ ਕੈਪਚਰ ਨਹੀਂ ਕਰ ਪਾ ਰਹੇ ਹਾਂ, ਉਹ ਇੱਕ ਤਾਂ ਪੰਜਾਬ ਦੀ ਗੱਲ ਕਰ ਰਿਹਾ, ਇੱਕ ਉਸ ਵੇਲੇ ਦੇ ਜਿਹੜੇ ਪੋਲੀਟੀਕਲ ਮਾਸਟਰਸ ਨੇ ਉਹਨਾਂ ਦੀ ਗੱਲ ਕਰ ਰਿਹਾ, ਤੇ ਉਹਨਾਂ ਦੇ ਉਸ ਲੈਵਲ ਦਾ ਜਿਹੜਾ ਇੱਕ ਬਾਉਂਡਰੀਜ਼ ਖੜੀ ਕਰ ਦਿੱਤੀਆਂ ਸੀਗੀਆਂ, ਉਸ ਬਾਉਂਡਰੀ ਦੇ ਵਿੱਚ ਸਿੱਖ ਕਿੱਥੇ ਖੜਾ ਉਹਦੀ ਵੀ ਗੱਲ ਕਰ ਰਿਹਾ। ਸੋ ਆਪਾਂ ਜਿਹੜੀ ਪਹਿਲੀ ਗੱਲ ਹੈ ਨਾ ਦੇਖੋ ਉਸ ਜਿਹੜੀ ਕਹਾਣੀ ਤੁਸੀਂ ਗੱਲ ਕੀਤੀ ਹੈ ਉਹਦੀ ਟੋਬਾ ਟੇਕ ਸਿੰਘ ਦੀ, ਉਹ ਹੈ ਸਾਰਕੈਜ਼ਮ ਵੀ ਆ ਉਹਦੇ ਵਿੱਚ ਜੋਕ ਵੀ ਆ, ਬਟ ਉਹਦੇ 'ਚ ਬਹੁਤ ਵੱਡੀ ਰਿਐਲਿਟੀ ਛੁਪੀ ਹੋਈ ਆ। ਉਹ ਰਿਐਲਿਟੀ ਕੀ ਆ? ਉਹ ਕਹਿੰਦਾ ਦੇਖੋ ਗੱਲ ਤਾਂ ਹੋ ਰਹੀ ਆ ਪਾਗਲਿਆਂ ਦੇ ਤਬਾਦਲਿਆਂ ਦੀ, ਹੈ ਕਿ ਉਹਨਾਂ ਨੂੰ ਕਿੱਧਰੋਂ ਐਕਸਚੇਂਜ ਕਰਨਾ, ਜਿਹਨੂੰ ਅਸੀਂ ਅੱਜ ਕੱਲ੍ਹ ਅੱਜ ਕਰ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਹਿੰਦੁਸਤਾਨ ਕਿਵੇਂ ਆਉਣਗੇ ਅਤੇ ਹਿੰਦੁਸਤਾਨ ਵਾਲੇ ਪਾਕਿਸਤਾਨ ਕਿਵੇਂ ਆਉਣਗੇ, ਬਟ ਉੱਥੇ ਵੱਡਾ ਸਟੇਟਮੈਂਟ ਉਹ ਦੇਖ ਰਿਹਾ ਕਿ ਜਿਹਨਾਂ ਨੂੰ ਦੁਨੀਆ ਪਾਗਲ ਆਖਦੀ ਆ ਉਹ ਅਜੇ ਸੇਨ ਨੇ, ਤੇ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਸੇਨ ਆ ਉਹ ਐਕਚੁਅਲ ਪਾਗਲ ਨੇ। ਇੱਥੇ ਬਹੁਤ ਵੱਡਾ ਇੱਕ ਵਰਲਡ ਪਲੇ ਵੀ ਚੱਲ ਰਿਹਾ ਇਸ ਚੀਜ਼ ਵਿੱਚ ਕਿ ਜਿਹੜੇ ਐਡਮਿਨਿਸਟ੍ਰੇਸ਼ਨ ਖੜੀਆਂ ਨੇ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਲੋਕੀ ਖੜੇ ਨੇ ਸਾਰੇ ਸਿੱਖ ਸਾਰੇ ਹਿੰਦੂ ਸਾਰੇ ਮੁਸਲਮਾਨ ਇਹ ਵੀ ਹੈਵਾਨ ਬਣੇ ਸੀ ਨਾ, ਸੋ ਲੋਕੀ ਇਹਨਾਂ ਨੂੰ ਪਾਗਲ ਸਮਝਦੇ ਨੇ ਕਹਿੰਦੇ ਉਹ ਤਾਂ ਠੀਕ ਨੇ, ਜਿਹੜੇ ਆਪਣੇ ਆਪ ਨੂੰ ਠੀਕ ਸਮਝ ਰਹੇ ਸੀਗੇ ਕਿਸੇ ਵੀ ਲੈਵਲ ਤੇ ਆਵਾਮ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਤੀਕਰ ਕਹਿੰਦੇ ਅਸਲੀ ਪਾਗਲ ਤਾਂ ਉਹ ਨੇ। ਇੱਕ ਗੱਲ ਇਹ ਬਹੁਤ ਸਮਝਣ ਵਾਲੀ ਹੈ, ਦੂਸਰੀ ਗੱਲ ਉਹਦੇ 'ਚ ਹੈਗੀ ਕਿ ਇਵੈਂਚੁਅਲੀ ਹਿੰਦੁਸਤਾਨ ਤੇ ਪਾਕਿਸਤਾਨ ਜੋ ਵੀ ਹੋਇਆ ਲੋਕਾਂ ਦੇ ਲੈਵਲ ਤੇ ਹੋਇਆ ਸਾਨੂੰ ਵੀ ਪਤਾ ਕਿ ਕਿਵੇਂ ਹੈਵਾਨੀਅਤ ਉੱਥੇ ਐਨੀਮਲਿਸਟਿਕ ਟੈਂਡੈਂਸੀ ਜਿਹਨੂੰ ਕਹਿੰਦੇ ਆ ਨਾ ਉਹ ਬਾਹਰ ਆਈਆਂ ਸੀਗੀਆਂ, ਬਟ ਐਟ ਦੀ ਐਂਡ ਆਫ ਦ ਡੇ ਜਿੱਥੇ ਇੱਕ ਬੜਾ ਕਲੀਅਰ ਐਸਟੈਬਲਿਸ਼ਮੈਂਟ ਹੈਗਾ ਹਿਸਟੋਰੀਕਲ ਪ੍ਰੈਸੀਡੈਂਸ ਦੇ ਰਾਹੀਂ ਕੌਮਾਂ ਦਾ, ਸਾਇਮਨ ਕਮਿਸ਼ਨ ਨੇ ਵੀ ਉਹ ਮੈਂਸ਼ਨ ਕੀਤਾ, ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈਗਾ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਚੱਲ ਰਿਹਾ ਸੀਗਾ, ਬਟ ਉੱਥੇ ਕਹਿੰਦੇ ਜਿਹੜਾ ਇੱਕ ਅੱਧਾ ਕਿਲੋਮੀਟਰ ਦਾ ਸਪੇਸ ਸੀਗੀ ਜਿੱਥੇ ਇੱਧਰਲੇ ਸਾਈਡ ਹਿੰਦੁਸਤਾਨ ਆ ਅਤੇ ਇੱਧਰਲੇ ਸਾਈਡ ਪਾਕਿਸਤਾਨ ਆ, ਵਿਚਾੜੇ ਟੋਬਾ ਤੇ ਇੱਕ ਸਿੰਘ ਉੱਥੇ ਹੀ ਢਹਿ ਢੇਰੀ ਹੋ ਗਿਆ। ਮਤਲਬ ਸਿੱਖਾਂ ਦਾ ਵੀ ਜੇ ਅਸੀਂ ਗੱਲ ਸਮਝਣਾ ਨਾ ਪੰਜਾਬੀਆਂ ਤੋਂ ਇੱਕ ਸਬਸੈਟ ਆ ਜਿਹੜਾ ਪੰਜਾਬੀਆਂ ਦਾ, ਕਹਿੰਦੇ ਸਿੱਖਾਂ ਤੋਂ ਵੀ ਤੁਹਾਨੂੰ ਸੰਤਾੜੀ ਚੋਂ ਪਤਾ ਲੱਗੂ ਕਿ ਉਸ ਤੋਂ ਬਾਅਦ ਸਾਡੇ ਨਾਲ ਵੀ ਕੀ ਚੱਲ ਰਿਹਾ। ਉਹ ਵੱਖਰੀ ਗੱਲ ਆ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਕੀ ਚੱਲ ਰਿਹਾ, ਕਿਉਂਕਿ ਇੱਥੇ ਸਾਡਾ ਆਵਾਮ 80% ਹਿੰਦੁਸਤਾਨ ਵਰਲਡ ਪਾਪੂਲੇਸ਼ਨ ਸਿੱਖਾਂ ਦੀ ਇਸ ਵੇਲੇ ਇੰਡੀਅਨ ਪੰਜਾਬ 'ਚ ਰਹਿੰਦੀ ਆ, ਬੜੇ ਗੱਲ ਇਹ ਕਰ ਰਿਹਾ ਕਿ ਸਿੱਖਾਂ ਦਾ ਟੋਬਾ ਟੇਕ ਸਿੰਘ ਤਾਂ ਇੱਥੇ ਆ ਕੇ ਠਹਿਰ ਗਿਆ, ਮਤਲਬ ਅਸੀਂ ਕਿਤੇ ਦੇ ਨਹੀਂ ਰਹੇ, ਅਸੀਂ ਨੋ ਮੈਨ ਲੈਂਡ ਵਿੱਚ ਅਜੇ ਵੀ ਟਿੱਕੇ ਹੋਏ ਹਾਂ। ਇਹ ਜਿਹੜਾ ਸਾਈਕੋਲੋਜੀਕਲ ਟਰਾਮਾ ਖਾਸ ਤੌਰ 'ਤੇ ਪੰਜਾਬੀਆਂ 'ਤੇ ਆਇਆ ਸੀ ਪਾਰਟੀਸ਼ਨ ਦਾ, ਐਕਚੁਅਲੀ ਟੂ ਬੀ ਮੋਰ ਫੇਅਰ ਪਾਰਟੀਸ਼ਨ ਇਜ਼ ਅਬਾਊਟ ਬੰਗਾਲੀ ਅਤੇ ਪੰਜਾਬੀ, ਅਤੇ ਬੰਗਾਲੀਆਂ ਦੇ ਵਿੱਚ 11.2 ਮਿਲੀਅਨ ਉਹਦੇ 'ਚ ਪੰਜਾਬੀ ਬਣਦੇ ਨੇ 15 ਮਿਲੀਅਨ 24 ਮਿਲੀਅਨ 'ਚੋਂ, ਹੈ। ਸੋ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਉਹ ਪੰਜਾਬੀਆਂ ਵਿੱਚ ਵੀ ਜਿਹੜੇ ਤਬਾਦਲੇ ਹੋ ਰਹੇ ਨੇ ਜ਼ਿਆਦਾ, ਜਿਹੜੇ ਐਕਸਚੇਂਜਿਸ ਹੋ ਰਹੇ ਨੇ ਲੈਂਡਸ ਦੇ ਜ਼ਮੀਨਾਂ ਦੇ ਅਤੇ ਹੋਰ ਗੱਲਾਂ ਦੇ, ਉਹਦੇ ਵਿੱਚ ਸਿੱਖਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ, ਹਾਲਾਂਕਿ ਸਾਡੀ ਪਾਪੂਲੇਸ਼ਨ ਸਭ ਤੋਂ ਘੱਟ ਆ। ਸੋ ਉਹ ਟਰੋਮਾਸ ਅਸੀਂ 84 ਤੇ ਘਰਾਂ ਦੇ ਵੀ ਦੇਖਦੇ ਹਾਂ, ਉਸ ਕਿਸਮ ਦੀਆਂ ਚੀਜ਼ਾਂ ਅਸੀਂ ਪਿਛਲੇ 2 ਦਹਾਕਿਆਂ ਵਿੱਚ ਵੀ ਦੇਖ ਰਹੇ ਹਾਂ, ਅਤੇ ਉਸ ਵੇਲੇ ਦੇ ਜਿਹੜੇ ਕੰਪਲੈਕਸ ਬਣੇ ਹੋਏ ਨੇ ਹਵਾਨੀਅਤ ਤੋਂ ਵਿੱਚੋਂ ਪੈਦਾ ਹੋਏ, ਆਵਾਮ ਦੀ ਹਵਾਨੀਅਤ ਦੇ ਵਿੱਚੋਂ ਵੀ ਪੈਦਾ ਹੋਏ ਨੇ, ਉਹ ਸਾਡੇ ਨਾਲ ਕਿਤੇ ਨਾ ਕਿਤੇ ਚੱਲ ਰਹੇ ਨੇ, ਅਤੇ ਜਿਹੜਾ ਉਸ ਵੇਲੇ ਦਾ ਰੋਸ ਆ
ਉਸ ਵੇਲੇ ਦਾ ਜਿਹੜਾ ਲੈਂਡ ਨਾਲ ਜੁੜਿਆ ਹੋਇਆ ਕਿ ਮੇਰਾ ਹਿੱਸਾ ਮੈਨੂੰ ਨਹੀਂ ਮਿਲਿਆ, ਉਹ ਕਿਸੇ ਨਾ ਕਿਸੇ ਰੂਪ ਵਿੱਚ ਹਰ ਦਹਾਕੇ ਵਿੱਚ 47 ਤੋਂ ਬਾਅਦ ਬਾਹਰ ਆ ਰਿਹਾ ਤੇ ਸਿੱਖਾਂ ਨੇ ਉਹਨੂੰ ਕਦੇ ਜਿਹਨੂੰ ਅਸੀਂ ਕਹਿੰਦੇ ਹਾਂ ਮਿਲਟਰੀ ਰੈਜ਼ਿਸਟੈਂਸ ਦੇ ਰਾਹੀਂ, ਇੱਕ ਹਿਸਟੋਰੀਕਲ ਕੰਪਲਸ਼ਨ ਦੇ ਰਾਹੀਂ ਵੀ ਕੀਤਾ ਹੈਗਾ ਤੇ ਕਦੇ ਉਹਨੂੰ ਸਿਵਲ ਡਿਸਓਬੀਡੀਅੰਸ ਰਾਹੀਂ ਵੀ ਕੀਤਾ ਹੈਗਾ ਤੇ ਕਦੇ ਉਹਨੂੰ ਇੰਡੀਆ ਨੂੰ ਬਚਾ ਕੇ ਰੱਖ ਕੇ ਤਾਂ ਕਿ ਆਪਣੇ ਪ੍ਰੋਮਿਸ ਵੀ ਪੂਰੇ ਕਰ ਦੇਣ, ਇੰਡੀਆ ਦੇ ਲਈ ਆਪਣਾ ਬਲੱਡ ਤੇ ਸਵੈਟ ਕਰਕੇ ਵੀ ਦਿੱਤਾ ਹੈਗਾ। ਸੋ ਉਹ ਸਾਡਾ ਸਾਰਾ ਇੱਕ ਰਿਸ਼ਤਾ ਚੱਲ ਰਿਹਾ, ਜਿਸ ਰਿਸ਼ਤੇ ਵਿੱਚ ਘਰ ਦੇ ਵਿੱਚ ਜਦ ਲੜਾਈ ਹੋ ਜਾਵੇ ਨਾ ਤੇ ਬੜਾ ਕੁਛ ਹੁੰਦਾ, ਕਈ ਵਾਰ ਫਿਜ਼ੀਕਲ ਫਾਈਟ ਵੀ ਹੋ ਜਾਂਦੀ ਆ। ਇਹ 47 ਤੋਂ ਬਾਅਦ ਇਹ ਵੀ ਐਕਸਪਲੇਨ ਕਰ ਰਿਹਾ ਜਿਹੜੀ ਸਿੱਖਾਂ ਦੀ ਤੇ ਇੰਡੀਅਨ ਸਟੇਟ ਦੀ ਵੀ ਰਿਲੇਸ਼ਨਸ਼ਿਪ ਚੱਲ ਰਹੀ ਹੈ। ਬਿਲਕੁਲ, ਉਹੀ ਮੇਰਾ ਅਗਲਾ ਵੀ ਕੁਐਸਚਨ ਹੈਗਾ ਤਾਂ ਅਗਲੀ ਡਿਸਕਸ਼ਨ ਆਪਾਂ ਇਧਰ ਨੂੰ ਲਿਜਾਣਾ ਚਾਹੁੰਦੇ ਕਿ 47 ਦੀ ਜਿਹੜੀ ਸਾਈਕੀ ਜਿਹੜੀ ਸਿੱਖ ਕੈਰੀ ਕਰਕੇ ਆਏ ਨੇ, ਉਹ ਜਿਹੜਾ ਇੱਕ ਸ਼ੌਕ ਮੈਂ ਕਹਾਂ ਕਿ ਉਹ ਜਿਹੜੀ ਸਟੋਰੀਸ ਨੇ, ਉਹ ਜਿਹੜੀ ਇੱਕ ਸਾਈਕੀ ਸਿੱਖਾਂ ਨੇ ਡੈਵਲਪ ਕੀਤੀ, ਭਾਵੇਂ ਪੋਲੀਟੀਕਲੀ ਹੋ ਗਈ ਭਾਵੇਂ ਸੋਸ਼ਲੀ ਹੋ ਗਈ, ਉਹਨੂੰ ਅੱਜ ਵੀ ਕਿਤੇ ਨਾ ਕਿਤੇ ਸਾਡੇ ਹਰੇਕ ਡਿਸੀਜ਼ਨ ਮੇਕਿੰਗ ਦੇ ਵਿੱਚ ਇੰਪੈਕਟ ਕਰਦੀ ਆ। ਕਈ ਵਾਰ ਇਸੇ ਮੁੱਦੇ ਨੂੰ ਪੋਲੀਟੀਕਲੀ ਵੀ ਯੂਜ਼ ਕੀਤਾ ਜਾਂਦਾ ਹੈ ਤਾਂ ਸੋਸ਼ਲੀ ਵੀ ਜਦੋਂ ਅਸੀਂ ਵਿਚਰਦੇ ਹਾਂ, ਜਾਂ ਭਾਵੇਂ ਸਾਡੇ ਧਾਰਮਿਕ ਸਥਾਨਾਂ ਨੂੰ ਲੈ ਕੇ ਲੈ ਲਓ ਜਾਂ ਧਾਰਮਿਕ ਲੀਡਰ ਲੈ ਕੇ ਦੇਖ ਲਓ, ਉਹ ਵੀ ਕਿਤੇ ਨਾ ਕਿਤੇ ਇਸੇ ਸਾਈਕੀ ਨੂੰ ਕੈਰੀ ਕਰਦੇ ਆ। ਤਾਂ ਅੱਜ ਵੀ ਜੋ ਅਸੀਂ ਭਾਰਤ ਦੇ ਵਾਲੀ ਸਾਈਡ ਦੇ ਵਿੱਚ ਵਿਚਰਦੇ ਹਾਂ ਤਾਂ ਉਸੇ ਸਾਈਕੀ ਨੂੰ ਕੈਰੀ ਕਰਦੇ, ਭਾਵੇਂ 84 ਲੈ ਲਓ ਤੇ ਅੱਜ 2020 ਲੈ ਲਓ। ਤਾਂ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹਦਾ ਅੱਜ ਦੇ ਸਮੇਂ ਵਿੱਚ ਕੀ ਇੰਪੈਕਟ ਹੈਗਾ, ਤਾਂ ਕਿਵੇਂ ਜਿਹੜੀ ਸਾਈਕੀ ਉਹ ਕਿਤੇ ਨਾ ਕਿਤੇ ਸਿੱਖਾਂ ਦਾ ਫਾਇਦਾ ਕਰ ਰਹੀ ਹੈ ਕਿ ਨੁਕਸਾਨ ਕਰ ਰਹੀ ਹੈ? ਹਾਂ, ਸੋ ਇੱਥੇ ਆਪਾਂ ਇੱਕ ਗੱਲ ਇਹ ਲੈ ਕੇ ਚੱਲੀਏ ਕਿ ਜੇ ਓਰੀਜਨਲ ਪੰਜਾਬ, ਜਿਹਨੂੰ ਅਨਡਿਵਾਈਡਡ ਪੰਜਾਬ ਵੀ ਅਸੀਂ ਆਖ ਦਿੰਦੇ ਹਾਂ, ਬਟ ਉਸ ਤੋਂ ਓਰੀਜਨਲ ਜਾਓਗੇ ਮਹਾਰਾਜ ਰਣਜੀਤ ਸਿੰਘ ਵੇਲੇ, ਤਾਂ ਉਹਦੇ ਵਿੱਚ ਜੰਮੂ ਕਸ਼ਮੀਰ ਵੀ ਆਉਂਦਾ ਸੀ ਤੇ ਪਾਰਟਸ ਆਫ ਲਦਾਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਹੁਣ, ਕਿਉਂਕਿ ਸਾਰਾ ਕੁਝ ਸੈਪਰੇਟ ਹੋਈ ਜਾ ਰਿਹਾ ਤੇ ਡਿਸਟਿੰਗੁਇਸ਼ ਕੀਤਾ ਜਾ ਰਿਹਾ, ਉਹਦਾ ਰਫਲੀ 1/5 ਹਿੱਸਾ ਅੱਜ ਹੈਗਾ। ਤੇ ਉਹਦੇ ਵਿੱਚ ਪਹਿਲਾਂ ਜੇ ਅਸੀਂ 10% ਸੀਗੇ ਸਿੱਖ ਪੋਪੂਲੇਸ਼ਨ, ਮਤਲਬ 10% ਪੋਪੂਲੇਸ਼ਨ ਜਿਹੜੀ ਸੀਗੀ ਉਹਨਾਂ ਕੋਲ ਰਾਜ ਭਾਗ ਵੀ ਸੀਗਾ। ਜੇ ਉਸ ਐਂਗਲ ਤੋਂ ਦੇਖੋਗੇ ਨਾ, ਹੁਣ ਜਿਹੜੀ ਤੁਸੀਂ ਇਹ ਸਵਾਲ ਕੀਤਾ ਇਹ ਸਿੱਖਾਂ ਤੇ ਲਾਗੂ ਹੁੰਦਾ ਜ਼ਿਆਦਾ, ਕਿਉਂਕਿ ਰਾਜ ਭਾਗ ਸਿੱਖਾਂ ਕੋਲ ਹੈ ਨਹੀਂ। ਤੁਸੀਂ ਇੰਡੀਅਨ ਪੰਜਾਬ ਵਿੱਚ ਪੋਲੀਟੀਕਲੀ ਕਈ ਲੋਕ ਕਹਿੰਦੇ ਨੇ ਸਿੱਖਾਂ ਕੋਲ ਹੈਗਾ, ਦੇਖੋ ਉਹ ਇੱਕ ਡਿਫਰੈਂਟ ਇਸ਼ੂ ਹੈਗਾ, ਕਿਉਂਕਿ ਉਹਦੇ ਵਿੱਚ ਸਿੱਖ ਲੀਡਰਸ਼ਿਪ ਨਹੀਂ ਹੈ, ਉਹਦੇ ਵਿੱਚ ਜਿਹੜੀ ਇਸ ਵੇਲੇ ਦੀ ਇਲੈਕਟੋਰਲ ਪੋਲੀਟਿਕਸ ਤੋਂ ਪੈਦਾ ਹੋਈ ਹੈਗੀ, ਜਿਹੜੀ ਸਿੱਖ ਵੈਲਿਊਜ਼ ਨੂੰ ਨਹੀਂ ਫੋਲੋ ਕਰਦੀ, ਜਿਹੜੀ ਸਿੱਖਿਜ਼ਮ ਨੂੰ ਮੈਂਸ਼ਨ ਕਰਦੀ ਹੈ, ਸਿੱਖੀ ਨੂੰ ਵਰਤਦੀ ਵੀ ਆ, ਕਿਉਂਕਿ ਉਹ ਲੋੜ ਹੈਗੀ ਹਰ ਪੋਲੀਟੀਸ਼ੀਅਨ ਦੀ, ਪੂਰੇ ਗਲੋਬਲੀ ਚੱਲ ਰਿਹਾ, ਅਮੈਰੀਕਾ 'ਚ ਵੀ ਹੁੰਦਾ ਅਤੇ ਹੋਰ ਥਾਵਾਂ 'ਤੇ ਵੀ ਹੋ ਰਿਹਾ। ਸੋ ਜਿਹੜੀ ਸਿੱਖਾਂ ਦਾ ਜਿਹੜਾ ਇੱਕ ਮੇਨ ਇਸ਼ੂ ਸਾਡੀ ਅੱਜ ਦੀ ਲੀਡਰਸ਼ਿਪ ਵਿੱਚ ਵੀ ਮਿਲਦਾ ਕਿ ਅਸੀਂ ਕੰਪਲੈਕਸ ਵਿੱਚ ਬੜੇ ਆਏ ਹੋਏ ਹਾਂ। ਅਸੀਂ ਜੀ ਉਸ ਵੇਲੇ ਕਮਜ਼ੋਰ ਸੀ, ਅੱਜ ਵੀ ਕਮਜ਼ੋਰ ਆ, ਅਸੀਂ ਪਾਕਿਸਤਾਨ ਨੂੰ ਗੁੱਸੇ ਨਾ ਕਰ ਲਈਏ ਜਾਂ ਹਿੰਦੁਸਤਾਨ ਨੂੰ ਗੁੱਸੇ ਨਾ ਕਰ ਲਈਏ ਜਾਂ ਸਾਡਾ ਇਹ ਚੀਫ ਮਿਨਿਸਟਰ ਗੁੱਸੇ ਨਾ ਹੋ ਜਾਵੇ, ਇਹ ਕੰਪਲੈਕਸ ਪੈਦਾ ਹੀ ਉਦੋਂ 'ਚ ਹੋਇਆ, ਕਿਉਂਕਿ ਅਸੀਂ ਇੱਕ ਗੱਲ ਜਿਹੜੀ ਸਮਝਣ ਵਾਲੀ ਆ ਨਾ, ਜਿਹੜੀ 47 ਦੇ ਬਾਰੇ ਕਹੀ ਜਾਂਦੀ ਹੈ ਤੇ ਹਿਸਟੋਰੀਅਨਸ ਨੇ ਲਿਖੀ ਵੀ ਹੋਈ ਆ ਕਿ ਬੇਸਿਕਲੀ ਜਿਹੜਾ ਉਸ ਵੇਲੇ ਦੀ ਕਾਰਨੇਜ ਸੀਗਾ, ਉਸ ਵੇਲੇ ਦਾ ਜਿਹੜਾ ਮੈਸੇਕਰ ਆ ਜਿਹੜਾ ਚਲਾਇਆ ਗਿਆ, ਫੋਰਸ ਕਨਵਰਜਨ ਕੀਤੇ ਗਏ, ਮੈਸ ਅਬਡਕਸ਼ਨਸ ਕੀਤੀਆਂ ਗਈਆਂ, ਇੱਕ ਸੈਕਸੁਅਲ ਵਾਇਲੈਂਸ ਵੀ ਇੱਕ ਸੈਵਜਰੀ ਵਿੱਚੋਂ ਪੈਦਾ ਹੋਈ ਸੀ ਜਦੋਂ ਅਸੀਂ ਕਹਾਂਗੇ ਨਾ, ਜਿਹੜੀ ਇਹਦੇ ਬਾਰੇ ਬਾਏ ਦਾ ਵਜੇ ਕਿਸੇ ਨੇ ਬੜਾ ਡਿਟੇਲ ਪੜ੍ਹਨਾ ਨਾ ਅੰਗਰੇਜ਼ੀ 'ਚ, ਕਿਉਂਕਿ ਇਹਦੇ ਬਾਰੇ ਅੰਗਰੇਜ਼ੀ ਵਿੱਚ ਘੱਟ ਲਿਖਿਆ ਹੋਇਆ, ਇਸੇ ਕਰਕੇ ਦੁਨੀਆਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਦੇ ਲੈਵਲ 'ਤੇ ਹੋਇਆ। ਉਹ ਨਿਸ਼ਤ ਹਜ਼ਾਰੀ ਨੇ ਮਿਡਨਾਈਟ ਫਿਊਰੀਜ਼ ਕਿਤਾਬ ਲਿਖੀ ਸੀ, 2-3 ਸਾਲ ਪਹਿਲਾਂ ਆਈ ਸੀਗੀ, ਬੜੀ ਜ਼ਬਰਦਸਤ ਹੈਗੀ ਆ, ਉਹਦੇ ਵਿੱਚ ਬੜਾ ਗ੍ਰੈਫਿਕ ਲੈਵਲ 'ਚ ਡਿਸਕ੍ਰਾਈਬ ਕੀਤਾ ਗਿਆ। ਪਰ ਜਿਹੜੀ ਗੱਲ ਮੈਂ ਆ ਰਿਹਾ ਸੀਗਾ ਉਹ ਇਹ ਸੀਗਾ ਕਿ ਜਿਹੜੀ ਇਹ ਗੱਲ ਬਾਏ ਦਾ ਵੇ ਇਹ ਮੰਟੋ ਦੀ ਕੀਤੀ ਹੋਈ ਹੈ, ਮੈਂ ਉਹਦੇ ਲਫ਼ਜ਼ਾਂ ਨੂੰ ਜੇ ਬੋਰੋ ਕਰ ਲਾਂ, ਉਹਨੇ ਕਿਹਾ ਹੋਇਆ ਕਿ ਜਿਹੜੇ ਬੰਦੇ ਸੀ ਨਾ ਦੋਨੋਂ ਦੇਸ਼ਾਂ ਦੇ ਵਿੱਚ, ਮਤਲਬ ਜਿਹੜੇ ਹੁਣ ਦੋ ਦੇਸ਼ ਨੇ ਹਿੰਦੁਸਤਾਨ ਤੇ ਪਾਕਿਸਤਾਨ, ਕਹਿੰਦੇ ਉਹ ਸਲੇਵ ਹੀ ਸੀ। ਉਹ ਕਿਸ ਚੀਜ਼ ਦੇ ਸਲੇਵ ਸੀ? ਜਿਹਨੂੰ ਅੱਜ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਬਿਗਟਰੀ ਦੇ, ਜਿਹਨੂੰ ਅਸੀਂ ਕਹਿੰਦੇ ਹਾਂ ਰਿਲੀਜੀਅਸ ਪੈਸ਼ਨਸ ਦੇ, ਜਿਹਨੂੰ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਐਨੀਮਲ ਇੰਸਟਿੰਕਟਸ ਦੇ ਤੇ ਬਾਰਬੈਰਿਟੀ ਦੇ। ਇਹ ਗੱਲ ਸਮਝਣ ਵਾਲੀ ਆ। ਹੁਣ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਪਸ਼ੂ ਅਵਸਥਾ ਦੇ ਦਾ ਦੀ ਸਲੇਵਰੀ ਵਿੱਚ ਆ ਗਿਆ ਹੋਵੇ ਤੇ ਇੱਕ ਰਿਲੀਜੀਅਸ ਫਨੈਟਿਸਮ ਦੇ ਪੈਸ਼ਨਸ ਦੇ ਵਿੱਚ ਆ ਕੇ ਗੱਲ ਕਰ ਰਿਹਾ ਹੋਵੇ, ਇੱਕ ਬਾਰਬੈਰਿਕ ਨੇਚਰ 'ਚ ਆ ਗਿਆ ਹੋਵੇ, ਉਹ ਪੈਸ਼ਨ ਚੱਲਦਾ ਰਿਹਾ, ਉਹ ਇੱਕ ਸਲੇਵ ਮੈਂਟੈਲਿਟੀ ਨਾਲ ਚੱਲ ਰਹੀ ਆ ਜੀ ਵੀ। ਤੁਸੀਂ ਦੇਖੋਗੇ ਇਹ ਸਿਰਫ ਸਿੱਖਾਂ ਨਾਲ ਨਹੀਂ, ਪਾਕਿਸਤਾਨ ਸਾਈਡ ਦੇ ਪੰਜਾਬ ਦੇ ਵਿੱਚ ਜਿਹੜੇ ਇੱਧਰੋਂ ਗਏ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸੈਕਿੰਡ ਕਲਾਸ ਸਿਟੀਜ਼ਨ ਟ੍ਰੀਟ ਕੀਤਾ ਜਾਂਦਾ, ਜਿਹੜੇ ਸਿੱਖ ਵੀ ਪੰਜਾਬ ਪਾਕਿਸਤਾਨ ਸਾਈਡ ਤੋਂ ਆਏ ਨੇ ਉਹਨਾਂ ਨੂੰ ਕਿਸ ਨਜ਼ਰ ਨਾਲ ਸਟੀਰੀਓਟਾਈਪ ਬਣਾਏ ਜਾਂਦੇ ਨੇ, ਉਹਨਾਂ ਦੇ ਬਾਰੇ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ। ਸੋ ਇੱਕ ਇੰਟਰਨਲ ਰੇਸਿਜ਼ਮ ਪੈਦਾ ਹੁੰਦਾ ਜਿਹਦੇ ਵਿੱਚ ਹਿੰਦੂਆਂ ਦੇ ਵਿੱਚ ਵੀ ਹੋਇਆ, ਮੁਸਲਮਾਨਾਂ ਵਿੱਚ ਵੀ ਹੋਇਆ, ਸਿੱਖਾਂ 'ਚ ਵੀ ਹੋਇਆ, ਕਿਉਂਕਿ ਆਪਾਂ ਸਿੱਖਾਂ 'ਤੇ ਫੋਕਸ ਕਰ ਰਹੇ ਹਾਂ। ਉਹ ਸੈਵਜਰੀ ਵਿੱਚ ਪੈਦਾ ਹੋਇਆ, ਉਹ ਇਸ ਜਿਹੜੀ
ਇੱਥੇ ਮੈਂ ਗੁਰਬਾਣੀ ਨੂੰ ਲੈ ਕੇ ਆਵਾਂਗਾ ਕਿਉਂਕਿ ਤੁਸੀਂ ਸਾਈਕੋਲੋਜੀਕਲ ਇੰਪੈਕਟ ਦੀ ਗੱਲ ਕਰ ਰਹੇ ਹੋ ਤੇ ਗੁਰਬਾਣੀ ਤਾਂ ਯੂਨੀਵਰਸਲੀ ਅਪਲਾਈ ਹੁੰਦੀ ਹੈ ਤੇ ਆਪਾਂ ਸਿੱਖਾਂ ਦੇ ਵੀ ਅਪਲਾਈ ਕਰੀਏ ਪੰਜਾਬ ਦੇ ਹਾਲਾਤਾਂ ਦੇ ਵਿੱਚ। ਗੁਰਬਾਣੀ ਬੇਸਿਕਲੀ ਇੱਕ ਸਾਈਕੋਅਨਾਲਿਸਿਸ ਹੈਗਾ, ਉਹ ਸਾਈਕੋਅਨਾਲਿਸਿਸ ਗੁਰੂ ਸਾਹਿਬ ਕੀ ਸ਼ੇਅਰ ਕਰ ਰਹੇ ਨੇ ਆਪਣੇ ਪਰਸਨਲ ਲਿਵਡ ਐਕਸਪੀਰੀਅੰਸ ਵਿੱਚੋਂ ਵੀ ਕਿ ਜਿਹੜਾ ਬੰਦਾ ਟੁੱਟਿਆ ਹੋਇਆ ਨਾ ਉਹ ਜਾਨਵਰ ਐਟ ਦੀ ਐਂਡ ਆਫ ਦਾ ਡੇ ਉਹਦੇ ਵਿੱਚ ਜਾਨਵਰ ਬਾਹਰ ਜ਼ਿਆਦਾ ਆਵਾਰ ਆਊਗਾ। ਜਾਨਵਰ ਕੀ, ਜਾਨਵਰ ਵਿੱਚ ਵੀ ਇੰਟੈਲੀਜੈਂਸ ਹੁੰਦੀ ਹੈ ਬਟ ਬਿਹੇਵੀਅਰਲ ਪ੍ਰੋਬਲਮਸ ਹੁੰਦੀਆਂ ਨੇ। ਸਾਡਾ ਜਿਹੜਾ ਬਿਹੇਵੀਅਰ ਹੈਗਾ ਨਾ, ਅਸੀਂ ਆਪਣੇ ਆਪ ਨੂੰ ਜੋ ਮਰਜ਼ੀ ਅਖਾਈਏ, ਭਾਵੇਂ ਅਸੀਂ ਇੱਕ ਵੱਡੇ ਫਾਈਟਰ ਵੀ ਬਣ ਜਾਈਏ ਬਟ ਜੇ ਉਹਨੂੰ ਅਸੀਂ ਟੇਮ ਨਹੀਂ ਕੀਤਾ ਨਾਮ ਦੇ ਰੰਗ ਦੇ ਰਾਹੀਂ, ਫਿਰ ਉਹ ਅਸੀਂ ਵਾਰੀਅਰ ਨਹੀਂ ਬਣ ਪਾਉਂਦੇ, ਅਸੀਂ ਲੜਾਕੂ ਬਣ ਜਾਂਦੇ। ਉਹ ਲੜਾਕੂ ਬੰਦੇ ਦਾ ਬਿਹੇਵੀਅਰ ਹੀ ਕੁਛ ਹੋਰ ਹੁੰਦਾ, ਉਹੀ ਬੰਦਾ ਹੈਵਾਨ ਬਣਨ ਦਾ ਉਹਦੀ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ ਕਿ ਉਹ ਹੈਵਾਨ ਹੋਵੇ। ਸੋ ਇਹ ਇੱਕ ਪੰਜਾਬੀਆਂ ਨਾਲ ਹੋਇਆ। ਸਰਕਾਰਾਂ ਦੀ ਤਾਂ ਜ਼ਿੰਮੇਵਾਰੀ ਬਣਦੀ ਬਣਦੀ ਸੀ, ਬ੍ਰਿਟਿਸ਼ ਸਰਕਾਰ ਦੀ ਤੇ ਇੰਡੀਅਨ ਤੇ ਪਾਕਿਸਤਾਨੀ ਸਰਕਾਰ ਦੀ, ਜਿਹੜੇ ਉਸ ਵੇਲੇ ਦੇ ਐਸਟੈਬਲਿਸ਼ਮੈਂਟ ਦੇ ਲੀਡਰ ਇਲੀਟ ਲੈਵਲ ਤੇ ਆ ਗਏ ਸੀ, ਜਿਹੜੇ ਪੜ੍ਹਕ ਲਿਖ ਕੇ ਆਏ ਸੀ, ਜਿਨ੍ਹਾਂ ਨੇ ਚਾਪਲੂਸੀਆਂ ਕਰਕੇ ਲੈ ਲਈਆਂ ਸੀਗੀਆਂ, ਭਾਵੇਂ ਉਹ ਦੋਨੋਂ ਗੁਜਰਾਤ ਤੋਂ ਹੀ ਨਿਕਲੇ ਸੀ ਤੇ ਭਾਵੇਂ ਆਕਸਫੋਰਡ ਦੇ ਲਾਇਰ ਸੀ, ਬਟ ਜਿਹੜਾ ਉਹਨਾਂ ਦਾ ਜਿਹੜਾ ਦੋਸ਼ ਬਣਦਾ ਉਹ ਤਾਂ ਬਣਦਾ ਹੀ ਬਣਦਾ, ਬਟ ਜਿਹੜਾ ਆਵਾਮ ਦਾ ਦੋਸ਼ ਬਣਦਾ ਹੈਗਾ ਕਿ ਇਹ ਵੀ ਟੁੱਟ ਗਏ ਆਪਣੇ ਧੁਰੋਂ, ਤੇ ਜਿਹੜਾ ਟੁੱਟ ਗਿਆ ਉਹਦਾ ਕੋਈ ਮਜ਼ਹਬ ਨਹੀਂ ਆ, ਜਿਹੜਾ ਟੁੱਟ ਗਿਆ ਉਹ ਤਾਂ ਨਾਮ ਦੇ ਕਲਚਰ ਚੋਂ ਬਾਹਰ ਹੀ ਆ ਗਿਆ, ਤੇ ਜਿਹੜਾ ਨਾਮ ਦੇ ਵਿੱਚ ਭਿੱਜਿਆ ਨਹੀਂ ਹੋਇਆ ਉਹ ਫਿਰ ਕੁਛ ਵੀ ਕਰ ਸਕਦਾ, ਜਿਹੜੇ ਕਿ ਉਸ ਵੇਲੇ ਸਿੱਖਾਂ ਨੇ ਵੀ, ਉਸ ਵੇਲੇ ਦੇ ਮੁਸਲਮਾਨਾਂ ਨੇ ਵੀ, ਤੇ ਉਸ ਵੇਲੇ ਦੇ ਹਿੰਦੂਆਂ ਨੇ ਵੀ, ਸਾਰਿਆਂ ਨੇ ਰਲ ਕੇ ਰੱਜ ਕੇ ਇੱਕ ਦੂਜੇ ਨੂੰ ਲੁੱਟਿਆ ਤੇ ਕੁੱਟਿਆ ਤੇ ਮਾਰਿਆ ਤੇ ਰੇਪ ਕੀਤਾ ਤੇ ਪਤਾ ਨਹੀਂ ਹੋਰ ਕੀ ਕੀਤਾ। ਬਿਲਕੁਲ ਭਾਜੀ, ਤੁਸੀਂ ਇੱਕ ਬਹੁਤ ਵਧੀਆ ਗੱਲ ਕਹੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਸਾਡਾ ਜਿਹੜਾ ਪੰਜਾਬ ਸੀਗਾ ਜਿਹੜਾ ਹੁਣ ਸਿਰਫ 1/5 ਰਹਿ ਗਿਆ ਆ, ਉਦੋਂ ਸਿੱਖਾਂ ਦੀ ਆਬਾਦੀ ਸਿਰਫ 10% ਸੀਗੀ, ਔਰ ਜਦੋਂ 10% ਸੀਗੀ ਤਾਂ ਅਸੀਂ ਰਾਜ ਕੀਤਾ, ਤੇ ਅੱਜ ਦੇ ਪੰਜਾਬ ਦੇ ਵਿੱਚ ਅਸੀਂ ਕਰੀਬਨ 50% ਤੋਂ ਵੱਧ ਸਾਡੀ ਆਬਾਦੀ ਹੈ, ਤਾਂ ਅਸੀਂ ਆਪਣੇ ਆਪ ਨੂੰ ਮਾਇਨੋਰਿਟੀ ਕਹਿੰਦੇ ਹਾਂ, ਤਾਂ ਅਸੀਂ ਆਪਣੀ ਇੱਕ ਵਿਕਟਿਮ ਪਲੇ ਕਰ ਰਹੇ ਹਾਂ, ਤਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਇਹ ਸਾਈਕੀ ਤੋਂ ਸਾਨੂੰ ਕਿੱਦਾਂ ਬਾਹਰ ਨਿਕਲਣ ਦੀ ਲੋੜ ਹੈ? ਕਿਉਂਕਿ ਮੈਨੂੰ ਲੱਗਦਾ ਕਿ ਇਹਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਿਹੜਾ ਅਸੀਂ ਵਿਕਟਮ ਪਲੇ ਕਰਨਾ ਸ਼ੁਰੂ ਕਰਤਾ ਕਿ ਉਹ ਕੀ ਜਜ਼ਬਾ ਸੀ ਸਾਡੇ ਵਿੱਚ ਕਿ ਅਸੀਂ 10-12% ਨੇ ਰਾਜ ਕੀਤਾ 90% ਦੇ ਉੱਤੇ, ਔਰ ਬੜਾ ਹੈਪੀ ਰਾਜ ਸੀਗਾ, ਉਹ ਸਾਡੇ ਤੋਂ ਖੁਸ਼ ਸੀਗੇ, ਉਹਨਾਂ ਨੇ ਕਦੀ ਅੰਦਰੂਨੀ ਵਿਰੋਧ ਕਰਕੇ ਉਹਨਾਂ ਉਸ ਕਮਿਊਨਿਟੀ ਤੋਂ ਕਦੀ ਵਿਰੋਧ ਕਰਕੇ ਖਾਸ ਰਾਜ ਨੂੰ ਖਤਰਾ ਨਹੀਂ ਹੋਇਆ, ਤਾਂ ਅੱਜ ਦੇ ਸਮੇਂ ਵਿੱਚ ਸਾਡੀ ਸਾਈਕੀ ਕਿੰਨੀ ਡਾਊਨ ਆ ਚੁੱਕੀ ਹੈ ਕਿ ਅੱਜ ਦੇ ਪੰਜਾਬ ਚ ਮੈਜੋਰਿਟੀ ਵਿੱਚ ਹੋ ਕੇ ਵੀ ਅਸੀਂ ਵਿਕਟਮ ਪਲੇ ਕਰ ਰਹੇ ਹਾਂ ਤੇ ਮਾਈਨੋਰਿਟੀ ਗੇਮ ਪਲੇ ਕਰ ਰਹੇ ਹਾਂ। ਜਿਹੜਾ ਵਿਜ਼ਨ ਸਿੱਖੀ ਦੇ ਵਿੱਚੋਂ ਇੱਕ ਵਿਜ਼ਨ ਪੈਦਾ ਹੋਈ, ਇੱਕ ਵੈਲਿਊ ਸਿਸਟਮ ਪੈਦਾ ਹੋਇਆ, ਉਹ ਪੰਜਾਬ ਦੇ ਹਿੰਦੂਆਂ ਨੇ, ਮੁਸਲਮਾਨਾਂ ਨੇ, ਸਿੱਖਾਂ ਨੇ ਤੇ ਜਿਹੜੇ ਟ੍ਰਾਈਬਲਸ ਨੇ ਸਾਰਿਆਂ ਨੇ ਸਲੂਟ ਕੀਤਾ ਗੁਰੂ ਨਾਨਕ ਨੂੰ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਗੁਰੂ ਨਾਨਕ ਨੂੰ ਤਾਂ ਸਾਰੇ ਹੀ ਸਲਾਮ ਕਰਦੇ ਨੇ, ਸਿਰਫ ਦਰਿਆ ਤੇ ਪਰਬਤ ਹੀ ਨਹੀਂ ਸਾਰੇ ਹੀ ਕਰਦੇ ਨੇ, ਮਤਲਬ ਸਾਰਾ ਕੁਝ ਜਿਹੜੇ ਉਹਦੇ ਵਿਚਾਲੇ ਆ ਜਾਂਦਾ। ਉਹ ਸਲਾਮ ਦੇ ਵਿੱਚ ਉਹ ਚੀਜ਼ਾਂ ਪੈਦਾ ਹੋਈਆਂ ਨਾ ਜਿਹਨੂੰ ਅਸੀਂ ਆਦੇਸ਼ ਦੱਸੇ ਆਦੇਸ਼ ਆਖਦੇ ਹਾਂ ਗੁਰਬਾਣੀ ਦੇ ਲਫ਼ਜ਼ਾਂ ਵਿੱਚ, ਤੇ ਉਹਨੇ ਇੱਕ ਨਵਾਂ ਵੈਲਿਊ ਸਿਸਟਮ ਜਿਹੜੇ ਦਿੱਤਾ ਸੀ ਲੋਕਾਂ ਨੇ ਉਹਨੂੰ ਪਸੰਦ ਕੀਤਾ, ਤੇ ਈਵਨ ਰਣਜੀਤ ਸਿੰਘ ਨੂੰ ਵੀ, ਉਸ ਤੋਂ ਪਹਿਲਾਂ ਜੱਸਾ ਸਿੰਘ ਆਹਲੂਵਾਲੀਆ ਨੇ ਵੀ ਕੀਤਾ, ਨਵਾਬ ਕਪੂਰ ਸਿੰਘ ਨੇ ਵੀ ਕੀਤਾ, ਬਟ ਰਣਜੀਤ ਸਿੰਘ ਵੇਲੇ ਤਾਂ ਲਾਹੌਰ ਵਿੱਚ ਇਨਵੀਟੇਸ਼ਨ ਦੇਣ ਵਾਲੇ ਹੀ ਸਾਰੇ ਹਿੰਦੂ ਤੇ ਮੁਸਲਮਾਨ ਸੀਗੇ। ਐਨੀਵੇ, ਇੱਥੇ ਮੈਂ ਇਹ ਕਿਉਂ ਸ਼ੇਅਰ ਕਰ ਰਿਹਾ, ਸੰਤਾੜੀ ਵਿੱਚ ਇੱਕ ਬਹੁਤ ਵੱਡਾ ਚੇਂਜ ਆਇਆ ਕਿ ਸੰਤਾੜੀ ਤੋਂ ਬਾਅਦ, ਹਾਲਾਂਕਿ ਅਸੀਂ ਸੰਤਾੜੀ ਤੋਂ ਬਾਅਦ ਪੂਰਾ ਚੇਂਜ ਨਹੀਂ ਆਇਆ ਸੀ, ਬਟ ਕਾਫੀ ਚੇਂਜ ਇਹ ਆ ਗਿਆ ਕਿ ਸਾਈਕੀ ਨੂੰ ਢਾਲ ਲੱਗੀ ਸੀ, ਬਟ ਈਵਨ ਦੈਨ ਸਿੱਖਾਂ ਦੀ ਸਰਵਾਈਵਲ ਇੰਸਟਿੰਕਟ ਤੇ ਸਿੱਖਾਂ ਦਾ ਸਿਦਕ ਜਿਹਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ ਦੇ ਲਫ਼ਜ਼ਾਂ 'ਚ, ਉਹ ਇੰਨਾ ਜ਼ਬਰਦਸਤ ਸੀ, ਉਹਨਾਂ ਨੇ ਆਪਣੇ ਆਪ ਨੂੰ ਰੀਬਿਲਡ ਕੀਤਾ। ਬਟ ਉੱਥੇ ਥੋੜ੍ਹੀ ਜਿਹੀ ਇਹ ਗੱਲ ਆ ਗਈ ਕਿ ਅਸੀਂ ਹਟ ਗਏ ਗੁਰਬਾਣੀ ਦੀ ਵਿਜ਼ਨ ਤੋਂ। ਦੇਖੋ, ਪਰਸਨਲ ਬਿਹੇਵੀਅਰ ਮਾੜਾ ਹੋ ਸਕਦਾ, ਕਲੈਕਟਿਵ ਬਿਹੇਵੀਅਰ ਵੀ ਮਾੜਾ ਹੋ ਸਕਦਾ, ਬਟ ਤੁਹਾਡੇ ਆਈਡੀਅਲਸ ਨੂੰ ਤੁਸੀਂ ਸਲੂਟ ਕਰਦੇ ਹੋ। ਸਾਡਾ ਆਈਡੀਅਲਸ ਤੋਂ ਸਲੂਟ ਹੋਣਾ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ। 84 ਦੇ ਵਿੱਚ ਵੀ ਜੇ ਸਿੱਖਾਂ ਦੀ ਜੰਗ ਲੱਗੀ ਤੇ ਜਿਹੜਾ ਜੈਨੋਸਾਈਡ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਦਹਾਕੇ ਦਾ ਕੰਮ ਚੱਲਿਆ, ਉਸ ਤੋਂ ਬਾਅਦ ਤਾਂ ਅਸੀਂ ਪੂਰੇ ਵਿਕਟਮਾਈਜੇਸ਼ਨ 'ਚ ਆ ਗਏ। ਉਸ ਤੋਂ ਪਹਿਲਾਂ ਸਿੱਖਾਂ ਨੇ ਕਦੇ ਕਿਹਾ ਹੀ ਨਹੀਂ ਕਿ ਤੁਸੀਂ ਸਾਨੂੰ ਕਿਉਂ ਮਾਰਦੇ ਹੋ, ਅਸੀਂ ਪ੍ਰਾਈਡ ਨਾਲ ਆਪਾਂ ਕਹਿ ਦਿੰਦੇ ਹਾਂ, ਅੱਜ ਕੱਲ੍ਹ ਵੀ ਜਦ ਮੰਨੂ ਨੂੰ ਕੋਟ ਕਰਦੇ ਹਾਂ, ਬਟ ਸੰਤਾੜੀ ਵਿੱਚ ਅਸੀਂ ਥੋੜ੍ਹਾ ਜਿਹਾ ਕਹਿਣਾ ਸ਼ੁਰੂ ਕਰਤਾ ਸੀ, ਕਾਫੀ ਨਹੀਂ ਕਿਹਾ, ਬਟ 84 ਤੋਂ ਬਾਅਦ ਅਸੀਂ ਇਹ, ਸਾਡਾ ਨਾ ਇੱਕ ਸਿੱਖਾਂ ਨੂੰ ਇੱਥੇ ਸਮਝਣ ਦੀ ਲੋੜ ਆ ਕਿ ਜਿਹੜਾ ਸੰਤਾੜੀ ਦਾ ਕੰਮ ਹੋਇਆ ਗਲਤ, ਉਹ 84 ਤੋਂ ਬਾਅਦ ਵੀ ਸਾਡੇ ਨਾਲ ਹੋਇਆ। ਅਸੀਂ ਆਪਣਿਆਂ ਨੂੰ ਬਚਾਉਣਾ ਹੀ ਬੰਦ ਕਰਤਾ, ਅਸੀਂ ਆਪਣੇ ਪਰਾਇਆਂ ਦੀ ਵਿੱਥ ਪਾਣੀ ਵੀ ਸ਼ੁਰੂ ਕਰਤੀ, ਅਸੀਂ ਜਿਹੜਾ ਸਾਨੂੰ ਮਾਰ ਰਿਹਾ ਉਹਦੇ ਪ੍ਰਤੀ ਘਿਰਣਾ ਪੈਦਾ ਕਰਨੀ ਸ਼ੁਰੂ ਕਰ ਲਈ। ਅਸੀਂ ਉਹਨਾਂ ਨੂੰ ਗੱਡੀ ਚੜਾ ਦਿੰਦੇ ਸੀ ਤੇ ਜਿਨ੍ਹਾਂ ਨੂੰ ਉਹ ਸਮਝ ਸੀ ਉਹਨਾਂ ਨੇ 84 ਤੋਂ ਬਾਅਦ ਵੀ ਚੜਾਤੇ, ਬਟ ਘਿਰਣਾ ਪੈਦਾ ਜਿਹੜੀ ਹੋਣੀ ਸ਼ੁਰੂ ਹੋ ਗਈ, ਨਫ਼ਰਤ ਜਿਹੜੀ ਸ਼ੁਰੂ ਹੋ ਗਈ, ਜਿਹੜਾ ਇੱਕ ਵੈਂਜੈਂਸ ਬਦਲੇ ਦੀ ਭਾਵਨਾ ਸ਼ੁਰੂ ਹੋ ਗਈ, ਇਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਵਿਚਾੜੇ ਵੀ ਹੈ ਨਹੀਂ, ਨਾ ਇਸ ਨਿਰੰਕਾਰ ਦੇ ਆਂ ਇਸ ਇੱਕ ਓੰਕਾਰ 'ਚ ਅਸੀਂ ਬਿਲੀਵ ਕਰਦੇ ਸੀ। ਸੋ 47 ਤੋਂ ਬਾਅਦ ਜਿਹੜਾ ਸਾਡਾ ਬਿਲੀਫ ਸਿਸਟਮ ਹੈਗਾ
ਉਹ ਥੋੜਾ ਜਿਹਾ ਢਿੱਲਿਆ ਹੋਇਆ ਸੀ, ਬਟ 84 ਤੋਂ ਬਾਅਦ ਸਾਡਾ ਬਿਲੀਫ ਸਿਸਟਮ ਕਾਫੀ ਥੱਲੇ ਆ ਗਿਆ ਹੈਗਾ, ਤੇ ਇਹਨੂੰ ਸਾਨੂੰ ਦੁਬਾਰਾ ਆਪਣੇ ਮਨਾਂ ਦੇ ਵਿੱਚ ਸੁਰਜੀਤ ਕਰਨ ਦੀ ਲੋੜ ਆ, ਕਿਉਂਕਿ ਜਿਹੜਾ ਮਨ ਜੀਤੇ ਜਗਜੀਤ ਹੋ ਜਾਂਦਾ, ਫਿਰ ਅਸੀਂ ਭਾਵੇਂ ਉਹ ਕਾਂਗਰਸ ਆ ਤੇ ਭਾਵੇਂ ਉਹ ਆਰਐਸਐਸ ਆ, ਭਾਵੇਂ ਉਹ ਸਿੱਖ ਜਰਨੈਲ ਨੇ ਜਾਂ ਸਿੱਖ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟਸ ਨੇ ਜਾਂ ਚੀਫ ਮਿਨਿਸਟਰ ਨੇ, ਭਾਵੇਂ ਉਹ ਜਥੇਦਾਰ ਨੇ ਜਾਂ ਐਸਜੀਪੀਸੀ ਦੇ ਪ੍ਰਧਾਨ ਨੇ ਜਾਂ ਲੋਕਲ ਗੁਰਦੁਆਰਿਆਂ ਦੇ ਪ੍ਰਧਾਨ ਨੇ, ਇਹ ਬਿਹੇਵੀਅਰਸ ਨਾਲ ਅਸੀਂ ਡੀਲ ਕਰ ਰਹੇ ਹਾਂ। ਉਹ ਕਿਸੇ ਕੰਪਲੈਕਸ ਬਿਹੇਵੀਅਰ ਆਏ ਨੇ, ਸਾਨੂੰ ਉਹ ਡੀਲ ਕਰਨਾ ਕਿਉਂ ਨਹੀਂ ਆ ਰਿਹਾ? ਕਿਉਂਕਿ ਅਸੀਂ ਆਪ ਨਹੀਂ ਜੁੜ ਪਾ ਰਹੇ ਤੇ ਅਸੀਂ ਇਸ ਕੰਪਲੈਕਸ ਵਿੱਚ ਆਪ ਫਸ ਗਏ ਹਾਂ ਜਿਹੜੀ ਸਾਡੀ ਵੋਕੈਬਲਰੀ ਨਹੀਂ ਆ। ਜਿਸ ਵੋਕੈਬਲਰੀ ਨੂੰ ਸੁਣ ਕੇ, ਜਿਸ ਬਾਣੀ ਨੂੰ, ਜਿਸ ਵਾਚ ਨੂੰ ਸੁਣ ਕੇ, ਜਿਸ ਕਹਿੰਦੇ ਗੁਰਬਾਣੀ ਦੇ ਲਫ਼ਜ਼ਾਂ ਵਿੱਚ ਸਾਰਿਆਂ ਨੇ ਸਲਾਮ ਕੀਤਾ ਸੀ ਪੰਜਾਬ ਨੂੰ, ਉਸ ਬਾਣੀ ਨੂੰ, ਉਸ ਵੈਲਿਊ ਸਿਸਟਮ ਨੂੰ ਤੋਂ ਅਸੀਂ ਕਿਉਂਕਿ ਦੂਰ ਹੋ ਗਏ ਹਾਂ, ਉਹ ਸਾਡੀ ਸਾਈਕੀ ਦਾ ਕਿਤੇ ਨਾ ਕਿਤੇ ਹਿੱਸਾ ਬਣਿਆ ਹੋਇਆ ਹੈ, ਬਟ ਉਹ ਹਾਵੀ ਨਹੀਂ ਆ। ਇਹਨੂੰ ਦੁਬਾਰਾ ਹਾਵੀ ਕਰਨ ਦੀ ਲੋੜ ਆ, ਜਿਹਨੂੰ ਅਸੀਂ ਨਾਮ ਦਾ ਕਲਚਰ ਆਖਦੇ ਹਾਂ, ਜਿਹਨੂੰ ਅਸੀਂ ਗੁਰੂ ਨਾਨਕ ਸੱਚ ਆਖਦੇ ਹਾਂ। ਬਿਲਕੁਲ ਬਲਕਿ ਮੈਨੂੰ ਲੱਗਦਾ ਬੜੀ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਐਕਸਪਲੇਨ ਕੀਤਾ। ਜੇ ਜਿਹੜੇ ਵੀ ਸਾਨੂੰ ਸ਼ਰੋਤੇ ਦਰਸ਼ਕ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਸ਼ਾਇਦ ਇਸ ਗੱਲ ਨੂੰ ਵਧੀਆ ਤਰੀਕੇ ਨਾਲ ਸਮਝ ਸਕਣ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦੇ ਨਾਲ, ਨਾਮ ਦੇ ਨਾਲ ਜੁੜਦੇ ਹਾਂ, ਚੜ੍ਹਦੀ ਕਲਾ ਦਾ ਸ਼ਬਦ ਅਸੀਂ ਹਰ ਥਾਂ 'ਤੇ ਵਰਤਦੇ ਹਾਂ, ਬਟ ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਨਹੀਂ ਹਾਂ। ਜਦੋਂ ਅਸੀਂ ਚੜ੍ਹਦੀ ਕਲਾ, ਇਹੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਕਿ 17ਵੀਂ ਸਦੀ ਵਿੱਚ, 18ਵੀਂ ਸਦੀ 'ਚ ਸਿੱਖਾਂ ਨੇ ਆਪਣੇ ਨਾਂ ਵੀ ਜਿਹੜੇ ਸੀਗੇ, ਜਿੱਦਾਂ ਆਪਾਂ ਗੱਲ ਕਰਦੇ ਕਿ ਜਦੋਂ ਲੰਗਰ ਮੁੱਕ ਜਾਂਦੇ ਸੀ, ਉਹਨੂੰ ਵੀ ਸ਼ਬਦ ਇੱਦਾਂ ਦੇ ਲਾਤੇ ਸੀ ਚੜ੍ਹਦੀ ਕਲਾ ਵਾਲੇ ਕਿ ਲੰਗਰ ਮਸਤਾਨੇ ਹੋ ਗਏ ਨੇ। ਉਦੋਂ ਔਖੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਹਾਈ ਸਪਿਰਿਟ ਦੇ ਵਿੱਚ ਰੱਖਿਆ, ਕਿਉਂਕਿ ਨਾਮ ਦੇ ਨਾਲ ਜੁੜੇ ਹੋਏ ਸੀਗੇ। ਤਾਂ ਅੱਜ ਅਸੀਂ ਬੜੇ ਵਧੀਆ ਘਰਾਂ ਦੇ ਵਿੱਚ ਬੈਠੇ ਹਾਂ, ਫਾਈਨੈਂਸ਼ਲੀ ਬੜੇ ਸਟਰੋਂਗ ਹਾਂ, ਬਟ ਉਹ ਤੋਂ ਬਾਅਦ ਵੀ ਅਸੀਂ ਵਿਕਟਮ ਪਲੇ ਕਰ ਰਹੇ ਹਾਂ। ਤਾਂ ਉਹਦਾ ਕਾਰਨ ਇਹੀ ਹੈ, ਕਿਤੇ ਨਾ ਕਿਤੇ ਅੰਦਰੋਂ ਟੁੱਟ ਗਏ ਹਾਂ, ਕਿਤੇ ਨਾ ਕਿਤੇ ਉਸ ਧੁਰ ਨਾਲ ਟੁੱਟ ਗਏ ਹਾਂ ਜਿਹਦੇ ਨਾਲ ਅਸੀਂ ਜੁੜੇ ਹੋਏ ਸੀਗੇ। ਤਾਂ ਫਾਈਨਲੀ ਭਾਅ ਜੀ, ਅਖੀਰ ਦੇ ਵਿੱਚ ਮੈਂ ਇਹੀ ਚਾਹਾਂਗਾ ਕਿ, ਕਿਉਂਕਿ ਆਪਾਂ ਪਾਸਟ ਦੀਆਂ ਬਹੁਤ ਗੱਲਾਂ ਕਰਦੇ ਹਾਂ, ਸਾਡੇ ਨਾਲ ਹੋਇਆ ਜ਼ਰੂਰੀ ਵੀ ਆ, ਉਹਨੂੰ ਹਿਸਟਰੀ ਨੂੰ ਅੱਜ ਦੇ ਕੰਟੈਸਟ ਵਿੱਚ ਜੋੜਨਾ ਵੀ ਆ, ਬਟ ਹੁਣ ਤੁਸੀਂ ਯੂਥ ਦੇ ਨਾਲ ਵੀ ਬਹੁਤ ਵਿਚਰਦੇ ਹੋ, ਰਿਸਰਚ ਦੇ ਤੌਰ 'ਤੇ ਵੀ ਤਾਂ ਤੁਹਾਨੂੰ ਸੁਣਦੇ ਵੀ ਆ, ਤਾਂ ਇੱਕ ਯੂਥ ਲਈ ਕੀ ਮੈਸੇਜ ਹੈ? ਕਿਉਂਕਿ ਜਿਹੜਾ ਬੋਰਨ ਹੋਇਆ 90 ਤੋਂ ਬਾਅਦ, ਜਾਂ ਮੈਂ ਕਹਾਂ 84 ਤੋਂ ਬਾਅਦ ਜਿਹੜਾ ਬੋਰਨ ਹੋਇਆ, ਕਿਉਂਕਿ ਉਹਨਾਂ ਨੇ ਤਾਂ ਸ਼ਾਇਦ ਉਹ ਚੀਜ਼ਾਂ, ਅਨਲੈਸ ਦੇ ਹੈਵ ਡਾਇਰੈਕਟ ਰਿਲੇਸ਼ਨ, ਉਹ ਸ਼ਾਇਦ ਕਨੈਕਟ ਨਹੀਂ ਹੈਗੇ ਨੇ 78 ਅਤੇ 84 ਜਾਂ ਉਹ ਤੋਂ ਪੁਰਾਣੀਆਂ ਗੱਲਾਂ ਦੇ ਨਾਲ, ਜਿਹੜਾ ਉਹ ਤੋਂ ਬਾਅਦ ਬੋਰਨ ਹੋਇਆ, ਤੁਸੀਂ ਉਹਨਾਂ ਦੇ ਲਈ ਕਿੱਦਾਂ ਕਹੋਗੇ ਕਿ ਉਹ ਆਪਣੇ ਆਪ ਨੂੰ ਕਿੱਦਾਂ ਮੋਟੀਵੇਟ ਰੱਖਣ ਤੋਂ ਫਿਊਚਰ ਕਿੱਦਾਂ ਦੇਖਣ? ਕਿਉਂਕਿ ਅੱਜ ਦੇ ਸਮੇਂ ਵਿੱਚ ਮੈਂ ਕਹਾਂ ਜਿਹੜੇ IT ਦੇ ਯੁੱਗ ਦੇ ਵਿੱਚ ਜੰਮੇ ਨੇ ਬੱਚੇ, ਉਹ ਬਹੁਤ ਜ਼ਿਆਦਾ ਨਮੋਸ਼ੀ ਵਿੱਚ ਹੋ ਜਾਂਦੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਨੈਗੇਟਿਵਿਟੀ ਇੰਨੀ ਜ਼ਿਆਦਾ ਆ। ਅਸੀਂ ਪਿਛਲੇ ਦਿਨਾਂ ਵਿੱਚ ਹੀ ਦੇਖਿਆ ਹਫ਼ਤੇ ਵਿੱਚ ਕੀ ਕੁਛ ਹੋਇਆ, ਤਾਂ ਉਹਨੂੰ ਕਿੱਦਾਂ ਅਸੀਂ ਕਹੀਏ ਕਿ ਕਿੱਥੋਂ ਸੇਧ ਲੈਣ, ਅਤੇ ਬੱਚਿਆਂ ਦਾ ਜਿਹੜਾ ਫੋਕਸ ਹੈ ਯੂਥ ਦਾ, ਉਹ ਕਿੱਧਰ ਨੂੰ ਜਾਵੇ? ਕਿਉਂਕਿ ਆਨਲਾਈਨ ਜਦੋਂ ਜਾਂਦੇ ਨੇ ਉੱਥੇ ਨੈਗੇਟਿਵਿਟੀ ਹੈ, ਪੋਜ਼ਿਟਿਵਿਟੀ ਕਿੱਥੋਂ ਲੈ ਸਕਦੇ ਨੇ? ਹਾਂਜੀ, ਮੈਂ ਇਸ ਗੱਲ ਨਾਲ ਪੂਰਾ ਸਹਿਮਤ ਨਹੀਂ ਹਾਂ। ਮੈਂ ਉਹਦਾ ਰੀਜ਼ਨ ਦਿੰਦਾ ਕਿਉਂ। ਦੇਖੋ, ਗੱਲ ਇਹ ਆ ਕਿ ਨੈਗੇਟਿਵਿਟੀ ਪੋਜ਼ਿਟਿਵਿਟੀ ਵੀ ਇੱਕ ਤਾਂ ਹੁੰਦਾ ਨਾ ਕਿ ਅਸੀਂ ਕੀ ਪੈਦਾ ਕਰ ਰਹੇ ਹਾਂ, ਇੱਕ ਹੁੰਦਾ ਜੋ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਅਸੀਂ ਉਹਦੇ ਨਾਲ ਨਜਿੱਠ ਕਿਵੇਂ ਰਹੇ ਹਾਂ। ਸੋ ਗੱਲ ਇਹ ਆ ਜਾਂਦੀ ਹੈ ਕਿ ਇਕੱਲੇ ਯੂਥ ਦੀ ਗੱਲ ਨਹੀਂ ਆ, ਇਹ ਅਡਲਟਸ ਦੀ ਵੀ ਗੱਲ ਆ। ਇੱਥੇ ਜਿਹੜੇ ਸਾਡੇ ਇਕੱਲੇ ਪ੍ਰਚਾਰਕ ਸ਼੍ਰੇਣੀ ਆ, ਉਹਨਾਂ ਦੀ ਵੀ ਗੱਲ ਆ। ਜਿਹੜੇ ਆਪਣੇ ਆਪ ਨੂੰ ਪੋਲੀਟੀਕਲ ਲੀਡਰਸ ਆਖਦੇ ਨੇ ਜਾਂ ਥਿੰਕਰਸ ਆਖਦੇ, ਉਹਨਾਂ ਦੀ ਵੀ ਗੱਲ ਆ। ਇਹ ਸਾਰਿਆਂ ਲਈ ਆ, ਇਹ ਇਕੱਲੇ ਯੂਥ ਲਈ ਨਹੀਂ ਹੈ। ਮੈਂ mid-90s ਤੋਂ ਬਾਅਦ ਪੰਜਾਬ ਜਾਣਾ ਸ਼ੁਰੂ ਕੀਤਾ, ਜਦ ਮੈਂ ਪਹਿਲੇ 4-5 ਸਾਲ ਤਾਂ ਉਹਨਾਂ ਨੂੰ ਹੀ ਮਿਲਦਾ ਰਿਹਾ ਕਿ ਲੋਕਾਂ ਨੂੰ ਜਿਨ੍ਹਾਂ ਨੇ ਕੁਛ ਕੀਤਾ, ਆਪਣੇ ਪਿੰਡੇ ਦੇ ਸੰਦਾਬ ਬਣਾਇਆ ਜਾਂ ਮੂਵਮੈਂਟ ਦਾ ਹਿੱਸਾ ਰਹੇ ਨੇ ਜਾਂ ਕਿਸੇ ਨਾ ਕਿਸੇ ਲੈਵਲ ਤੇ ਕੰਮ ਕਰਦੇ ਰਹੇ ਨੇ, ਉਹਨਾਂ ਨੂੰ ਕਿਵੇਂ ਦੁਬਾਰਾ ਇੰਸਪਾਇਰ ਕਰੀਏ, ਰਾਈਟ? ਸੋ ਇਹ ਸਿਰਫ ਯੂਥ ਦੀ ਗੱਲ ਨਹੀਂ, ਇਹ ਸਾਰਿਆਂ ਨਾਲ ਹੀ ਇੱਦਾਂ ਹੁੰਦਾ। ਉਹ ਕਿਉਂ ਹੁੰਦਾ ਆਪਾਂ ਥੋੜ੍ਹੀ ਜਿਹੀ ਗੱਲ ਕਰ ਰਹੇ ਹਾਂ, ਬਟ ਇਹਦਾ ਇੱਕ ਨਜ਼ਰੀਆ ਦੇ ਸਕਦਾ ਮੈਂ ਆਪ ਜੀ ਨੂੰ। ਉਹ ਇੱਕ ਨਜ਼ਰੀਆ ਇਹ ਹੈਗਾ ਕਿ ਦੇਖੋ, ਸਾਡੇ ਬਿਹੇਵੀਅਰਸ ਦੇ ਵਿੱਚ ਜੋ 47 'ਚ ਹੋਇਆ ਸੀ, ਜੋ 84 ਤੋਂ ਬਾਅਦ ਹੋਇਆ, ਅੱਜ ਫਿਰ ਨਜ਼ਰ ਆ ਰਿਹਾ। ਪੰਜਾਬ ਦੀ ਜਿਹੜੀ ਅਸਲੀਅਤ ਹੈਗਾ ਨਾ, ਅਸੀਂ ਉਸ ਤੋਂ ਪਛ ਰਹੇ ਹਾਂ। ਤੇ ਸਿੱਖਾਂ ਦੇ ਘਰਾਂ ਦੇ ਵਿੱਚ ਭਾਵੇਂ ਉਹ ਮੈਲਬਰਨ ਬੈਠੇ ਨੇ ਤੇ ਭਾਵੇਂ ਨਿਊਯਾਰਕ ਬੈਠੇ ਨੇ, ਉਹ ਅਸਲੀਅਤ ਤੋਂ ਅਸੀਂ ਭੱਜ ਰਹੇ ਹਾਂ। ਸਾਡਾ ਦੁਸ਼ਮਣ ਕੌਣ ਆ, ਸਾਡੀ ਲੜਾਈ ਕਿਹਦੇ ਨਾਲ ਆ, ਇਹਦੇ ਬਾਰੇ ਵੀ ਕਲੈਰਿਟੀ ਲੈਣੀ ਜ਼ਰੂਰੀ ਆ। ਤੇ ਉਹ ਲਈ ਜਾ ਰਹੀ ਆ ਕਿਸੇ ਨਾ ਕਿਸੇ ਲੈਵਲ ਦੀ, ਬਟ ਜਿਹੜੇ ਸਾਡੇ ਅੰਦਰ ਚੱਲ ਰਿਹਾ, ਸਾਡੇ ਘਰਾਂ ਦੇ ਵਿੱਚ ਚੱਲ ਰਿਹਾ, ਸਾਡੀ ਸੰਸਥਾਵਾਂ ਦੇ ਵਿੱਚ ਚੱਲ ਰਿਹਾ, ਪਸ਼ੂ ਬਿਰਤੀ ਤਾਂ ਉੱਥੇ ਬੜੀ ਹੋਈ ਆ। ਜੇ ਪਸ਼ੂ ਬਿਰਤੀ ਸਾਡੇ ਘਰ 'ਚ ਬੜੀ ਹੋਈ ਆ, ਤੇ ਘਰਾਂ ਵਿੱਚੋਂ ਹੀ ਜੇ ਸਾਡੀ ਲੀਡਰਸ਼ਿਪ ਨਿਕਲ ਰਹੀ ਆ, ਤੇ ਲੀਡਰਸ਼ਿਪ ਵੀ ਉਹੀ ਜੀ ਸਾਡੇ ਸਾਹਮਣੇ ਆ ਰਹੀ ਆ ਨਾ ਅੱਜ। ਸੋ ਮੈਂ ਇਹਦੇ ਬਾਰੇ ਇਹ ਕਹਾਂਗਾ ਕਿ ਇਕੱਲਾ ਸੋਸ਼ਲ ਮੀਡੀਆ ਨੂੰ ਨਾ ਦੇਖੋ। ਸੋਸ਼ਲ ਮੀਡੀਆ ਇੱਕ ਟੂਲ ਹੈਗਾ। ਪਹਿਲਾਂ ਇਹਨੂੰ ਅਸੀਂ ਟੈਕਨੋਲੋਜੀ ਕੀ ਹੁੰਦੀ ਹੈ, ਜਿਹੜੀ ਵੀ ਲੇਟੈਸਟ ਤਰੀਕਾ ਮਿਲ ਰਿਹਾ ਇਨਫੋਰਮੇਸ਼ਨ ਨੂੰ ਅੱਗੇ ਕਰਨ ਦਾ, ਹੈ ਨਾ? ਗੁਰੂ ਸਾਹਿਬ ਵੇਲੇ
ਅਜੇ ਪ੍ਰਿੰਟਿੰਗ ਪ੍ਰੈਸ ਨਹੀਂ ਆਈ ਸੀ ਤਾਂ ਹੱਥਾਂ ਨਾਲ ਲਿਖ ਕੇ ਦਿੰਦੇ ਸੀ, ਉਸ ਵੇਲੇ ਉਹ ਟੈਕਨੋਲੋਜੀ ਸੀ। ਉਸ ਵੇਲੇ ਦਾ ਸੋਸ਼ਲ ਮੀਡੀਆ ਕੀ ਸੀ ਕਿ ਜਿਹਦੇ ਕੋਲ ਮਾਈਕ ਸੀ, ਮਾਈਕ ਉਸ ਵੇਲੇ ਸਰਕਾਰਾਂ ਕੋਲ ਸੀ, ਰਾਜਿਆਂ ਕੋਲ ਸੀ, ਉਹ ਆਪਣੇ ਤਰੀਕੇ ਨਾਲ ਗੱਲ ਕਰਦੇ ਸੀ, ਜਾਂ ਮੌਲਵੀਆਂ ਕੋਲ ਸੀ, ਜਾਂ ਬ੍ਰਾਹਮਣਾਂ ਪੰਡਤਾਂ ਕੋਲ ਸੀ, ਜਾਂ ਯੋਗੀਆਂ ਕੋਲ ਸੀ, ਆਪਣੇ ਤਰੀਕੇ ਨਾਲ ਗੱਲ ਕਰਦੇ ਸੀ ਤੇ ਗੁਰੂ ਸਾਹਿਬ ਉਹਨੂੰ ਆਪਣੇ ਤਰੀਕੇ ਨਾਲ ਨਜਿੱਠਦੇ ਸੀ। ਸੋ ਇਹ ਸੋਸ਼ਲ ਮੀਡੀਆ ਇਜ਼ ਨਾਟ ਦੀ ਇਸ਼ੂ, ਇਸ਼ੂ ਇਸ ਕਿ ਸਾਨੂੰ ਨਜਿੱਠਣਾ ਨਹੀਂ ਆ ਰਿਹਾ। ਸੋ ਉਹਦੇ ਬਾਰੇ ਮੈਂ ਇਹ ਕਹਾਂਗਾ ਕਿ ਜੋ 47 'ਚ ਹੋਇਆ ਉਹ ਤਾਂ 4-5 ਜਨਰੇਸ਼ਨ ਤੋਂ ਬਾਅਦ ਹੁਣ ਅਸੀਂ ਬੈਠੇ ਹਾਂ। 84 ਦੀ ਵੀ 3 ਜਨਰੇਸ਼ਨ ਨਿਕਲ ਗਈਆਂ ਵਿੱਚ, ਬਾਏ ਦਾ ਵੇ ਇਜ਼ ਅ ਵੈਰੀ ਕ੍ਰਿਟੀਕਲ ਪੁਆਇੰਟ, ਆਪਾਂ ਉਹਦੀ ਗੱਲ ਕਰ ਲਈਏ ਥੋੜ੍ਹੀ ਜਿਹੀ। ਹਾਂਜੀ ਹਾਂਜੀ, ਕਰ ਲਈ। ਦੇਖੋਗੇ ਨਾ ਮੀਡੀਅਨ ਪੁਆਇੰਟ, ਮੀਡੀਅਨ ਪੁਆਇੰਟ ਹੁਣ ਤੋਂ ਲੈ ਕੇ ਤੇ 47 ਦੇ ਵਿਚਾਲੇ 84 ਹੀ ਬਣਦਾ। ਉੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ 84 ਤੱਕ ਆਉਂਦੇ ਆਉਂਦੇ ਜਿਹੜਾ ਇੱਕ ਸਿੱਖਾਂ ਦਾ ਸਮੂਹ ਸੀ, ਜਿਹੜਾ 5-5 ਲੱਖ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਸੀ ਫੋਰ ਸਿਵਿਲ ਡਿਸਓਬੀਡੀਅੰਸ, ਕੁਛ ਤਾਂ ਚੇਂਜ ਆਇਆ ਨਾ, ਮਤਲਬ ਆਵਾਮ ਪੰਜਾਬੀ ਸਿੱਖਾਂ ਦੇ ਵਿੱਚ ਵੀ ਕਿ ਕੋਈ ਗੜਬੜ ਹੋਈ ਹੈ ਕਿਤੇ ਨਾ ਕਿਤੇ, ਹੁਣ ਸਾਨੂੰ ਪ੍ਰੋਟੈਸਟ ਕਰਨਾ ਵੀ ਸਾਨੂੰ ਸਿੱਖਣਾ ਪੈਣਾ ਦੁਬਾਰਾ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾਂ ਕੀਤਾ, ਜਾਂ 100 ਸਾਲ ਪਹਿਲਾਂ ਅਸੀਂ ਕਿਵੇਂ ਕਰ ਰਹੇ ਸੀ, ਜਦ ਸਿੱਖਾਂ ਦਾ ਬੈਸਟ ਰਾਗੀ ਹੁੰਦੇ ਸੀਗੇ ਜਵਾਲਾ ਸਿੰਘ ਵਰਗੇ, ਉਹ ਵੀ ਜਾ ਕੇ ਸਾਡੇ ਮੋਰਚਿਆਂ ਤੇ ਕੀਰਤਨ ਕਰਦੇ ਸੀ, ਤੇ ਹੁਣ ਜਿਹੜੇ ਬੈਸਟ ਰਾਗੀਜ਼ ਨੇ ਉਹ ਤੁਹਾਨੂੰ ਇਲੀਟਸ ਜਾਂ ਪੋਲੀਟੀਸ਼ੀਅਨਸ ਦੇ ਘਰ ਹੀ ਦੇਖਣਗੇ। ਇਹ ਗਿਰਾਵਟ ਜਿਹੜੀ ਉਹਨੂੰ ਵੀ ਸਾਨੂੰ ਚੇਂਜ ਕਰਨ ਦੀ ਲੋੜ ਪੈਣੀ ਆ। ਸੋ ਮੈਂ ਇਹ ਕਹਿ ਰਿਹਾ ਸੀ ਇਕੱਲੇ ਸੋਸ਼ਲ ਮੀਡੀਆ ਦੀ ਗੱਲ ਨਹੀਂ ਆ, 47 ਤੋਂ ਬਾਅਦ 84, 84 ਤੋਂ ਬਾਅਦ ਹੁਣ ਦਾ ਦੌਰ ਜਿਹੜਾ ਇਸ ਦਹਾਕੇ ਦਾ, ਇਹਦੇ ਬਾਰੇ ਮੈਂ 2 ਗੱਲਾਂ ਕਰ ਦਿੰਦਾ ਆਪ ਜੀ ਨਾਲ, ਜਿਹੜਾ ਬਿਹੇਵੀਅਰਲੀ ਜੁੜਦਾ। ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕੋਈ ਕਿਤੇ ਕਿਤੇ ਟਾਵੇਂ ਟਾਵੇਂ ਗੁੱਡ ਸਰਵੇਜ਼ ਆ ਜਾਂਦੇ ਨੇ, ਬਟ ਉਹ ਪੂਰੇ ਕੰਪ੍ਰੀਹੈਂਸਿਵ ਨਹੀਂ ਹੁੰਦੇ, ਬਟ ਸਾਨੂੰ ਪਤਾ ਲੱਗ ਜਾਂਦਾ ਰਫਲੀ ਕੀ ਚੱਲ ਰਿਹਾ। ਜਿਹੜਾ ਇਸ ਵੇਲੇ ਬਿਹੇਵੀਅਰ ਖੜਿਆ ਹੋਇਆ, ਸਿਰਫ ਅਸੀਂ ਬਿਹੇਵੀਅਰ ਜਦ ਇਲੈਕਸ਼ਨ ਆਉਂਦੇ ਨੇ MPਾਂ ਨੂੰ ਸਿਲੈਕਟ ਕਰਨ ਦੇ ਜਾਂ MLਾਂ ਦੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ, ਉਸ ਵੇਲੇ ਨਹੀਂ ਬਿਹੇਵੀਅਰ ਚੈੱਕ ਹੁੰਦਾ, ਬਟ ਸਾਰਾ ਜੋਰ ਸਾਡਾ ਉਸੇ ਵੇਲੇ ਲੱਗਿਆ ਹੁੰਦਾ। ਬਿਲਕੁਲ, ਸਾਡਾ ਇਸ ਵੇਲੇ ਘਰਾਂ ਦੇ ਵਿੱਚ ਕੀ ਚੱਲ ਰਿਹਾ, ਰਿਲੇਸ਼ਨਸ਼ਿਪ ਦੇ ਲੈ ਸਰਕਾਰਾਂ ਦਾ ਰਿਲੇਸ਼ਨਸ਼ਿਪ, ਆਹ ਹੁਣੇ ਤੁਹਾਡੇ ਸਾਹਮਣੇ ਆਇਆ ਪਿਛਲੇ ਹਫਤੇ ਦੇ ਵਿੱਚ, ਸ਼ਰਾਬ ਦੇ ਲੈਵਲ ਤੇ ਕੀ ਚੱਲ ਰਿਹਾ ਹੈ। ਅਸੀਂ ਸਤਿਕਾਰ ਕਮੇਟੀਆਂ ਮੀਟ ਨੂੰ ਲੈ ਕੇ ਇਸ਼ੂ ਬਣਾਇਆ ਹੋਇਆ, ਜਿੱਥੇ ਪੂਰਾ ਕਲੀਅਰ ਹੈ ਸ਼ਰਾਬ ਬਾਰੇ, ਉੱਥੇ ਤਾਂ ਇਸ਼ੂ ਅਸੀਂ ਬਣਾ ਨਹੀਂ ਪਾਈ, ਈਵਨ ਆਪਣੀ ਕਮੇਟੀਆਂ ਦੇ ਵਿੱਚ ਵੀ। ਸੋ ਇਸ਼ਾਰੇ ਮਾਤਰ ਦੱਸ ਰਿਹਾ। ਦੇਖੋ ਸਿੱਖਾਂ ਨੂੰ ਤਾਂ ਗੁਰੂ ਸਾਹਿਬ ਨੇ ਇਹ ਵੀ ਆਦੇਸ਼ ਦੇਤਾ ਸੀਗਾ ਕਿ ਅਸੀਂ ਬੀੜ ਚੱਕ ਕੇ ਜ਼ਬਰਦਸਤੀ ਨਹੀਂ ਲੈ ਕੇ ਆਉਣੀ, ਵਾਪਸ ਕਰਾਤੀ ਸੀ। ਇਸ਼ਾਰਾ ਸਮਝਿਓ, ਮੈਂ ਕਿਸੇ ਨੂੰ ਥੱਲੇ ਨਹੀਂ ਲਾ ਰਿਹਾ, ਮਤਲਬ ਇਹ ਕਿ ਅਸੀਂ ਆਪਣੇ ਇਸ਼ੂਜ਼ ਨੂੰ ਸੋਚ ਸਮਝ ਕੇ ਫੜੀਏ। ਅਸੀਂ ਜਿਹੜਾ ਸਾਡੇ ਅੰਦਰ ਚੱਲ ਰਿਹਾ ਬਿਹੇਵੀਅਰਲ ਪਸ਼ੂ ਵਿਰਤੀ, ਜਿਹੜੀ ਮੇਰੇ ਮਨ ਦੇ ਵਿੱਚ ਆ, ਹਰਿੰਦਰ ਦੇ ਮਨ ਵਿੱਚ ਆ, ਉਹਨੂੰ ਥੋੜ੍ਹੀ ਠੀਕ ਕਰੇ, ਤੇ ਜਿਹੜੇ ਆਈਡੀਅਲਸ ਨੇ ਉਹਦੇ ਵੱਲ ਲੈ ਕੇ ਜਾਵੇ, ਸੰਸਥਾ ਵੀ ਇਹ ਕਰੇ। ਜਿਹੜੀਆਂ ਜਥੇਬੰਦੀਆਂ ਕਹਿੰਦੀਆਂ ਨੇ ਅਸੀਂ ਇਹ ਕੰਮ ਕਰ ਰਹੇ ਹਾਂ, ਉਹਨਾਂ ਨੂੰ ਉਹਦੇ ਬਾਰੇ ਜ਼ਬਰਦਸਤ ਕੁਐਸਚਨਸ ਪੁੱਛੋ, ਉਹਨਾਂ ਦੇ ਬਿਹੇਵੀਅਰ ਬਾਰੇ, ਉਸ ਸੰਸਥਾ ਦੇ ਰਿਲੇ, ਉਸ ਸੰਸਥਾ ਦੇ ਜਿਹੜੇ ਕਰਮਚਾਰੀ ਨੇ, ਜਾਂ ਇਕੱਲੇ ਜਥੇਦਾਰ ਨੂੰ ਨਾ ਫੜ ਲਓ। ਆਪਾਂ ਜਥੇਦਾਰ ਨੂੰ ਕੋਈ ਫੜ ਲੈਂਦਾ ਸਾਡੇ ਮਤਲਬ ਦਾ, ਨਹੀਂ ਮਤਲਬ ਦਾ, ਇਹ ਤਾਂ ਸਾਨੂੰ ਪਤਾ ਹੀ ਹੈ ਕੀ ਚੱਲ ਰਿਹਾ ਹੈਗਾ। ਕੋਈ ਕੋਈ ਜੇ ਜਿੱਥੇ ਸਾਨੂੰ ਰੋਸ਼ਨੀ ਨਜ਼ਰ ਆਉਂਦੀ ਆ, ਤੇ ਅਸੀਂ ਉਸ ਰੋਸ਼ਨੀ ਨੂੰ, ਸਾਨੂੰ ਆਸਥਾ ਵੱਧਦੀ ਆ, ਅਸੀਂ ਕਹਿੰਦੇ ਚਲੋ ਕੁਛ ਕਰਕੇ ਦੇਖ ਲਈਏ। ਬਟ ਜਿਹੜੀਆਂ ਸੰਸਥਾਵਾਂ ਨਹੀਂ ਸਰਕਾਰ ਦੇ ਥੱਲੇ ਤੇ ਨਹੀਂ SGPC ਥੱਲੇ, ਉਹ ਕਿਉਂ ਨਹੀਂ ਠੀਕ ਹੋ ਰਹੀਆਂ? ਦੈਟਸ ਅ ਬਿਗਰ ਕੁਐਸਚਨ, ਕਿਉਂਕਿ ਉੱਥੇ ਵੀ ਸਾਡੀ ਪਸ਼ੂ ਬਿਰਤੀ ਅਜੇ ਬਹੁਤ ਹਾਵੀ ਆ। ਸੋ ਮੈਂ ਇਸ਼ਾਰਾ ਇਹ ਕਰ ਰਿਹਾ ਸੀਗਾ ਕਿ ਗੁਰਬਾਣੀ ਮੁਤਾਬਕ ਜੇ ਦੇਖਾਂਗੇ, ਕਿਉਂਕਿ ਉਹ ਚਾਨਣ ਸਿਰਫ ਆਪਣੇ ਲੈਕਚਰਾਂ ਲਈ ਨਹੀਂ ਆ, ਉਹ ਚਾਨਣ ਸਾਡੇ ਬਿਹੇਵੀਅਰ ਟਰਾਂਸਫੋਰਮੇਸ਼ਨ ਲਈ ਆ। ਫਿਰ ਜਦ ਸਾਡਾ ਬਿਹੇਵੀਅਰ ਟਰਾਂਸਫੋਰਮ ਹੋਊਗਾ, ਸਾਡੇ ਬੱਚਿਆਂ ਦਾ ਕਿਸੇ ਲੈਵਲ ਤੱਕ ਹੋਊ, ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਬੱਚੇ ਸਾਰੇ ਠੀਕ ਹੋ ਜਾਣਗੇ, ਵੱਡੇ ਕਿਹੜਾ ਸਾਰੇ ਠੀਕ ਨੇ, ਤੇ ਜੇ ਕੋਈ ਨਹੀਂ ਵੀ ਠੀਕ ਹੁੰਦਾ ਸਾਨੂੰ ਉਹਨੂੰ ਨਹੀਂ ਦਬਾਲਣਾ ਚਾਹੀਦਾ, ਇਹ ਵੀ ਹੁਕਮ ਆ, ਇਹ ਵੀ ਉਹਦੀ ਰਜ਼ਾ ਹੈਗੀ। ਸਾਨੂੰ ਇਹ ਦੇਖਣਾ ਚਾਹੀਦਾ ਕਿ ਹਮ ਸਫਰੇ ਕਿਹੜੇ ਇਕੱਠੇ ਕਰਨੇ ਨੇ, ਉਹ ਹਮ ਸਫਰੀ ਇਕੱਠੇ ਹੋਣਗੇ ਸੇਵਾ ਕਰਨ ਲਈ, ਜਿਹੜੀ ਵੀ ਸੇਵਾ ਦੇ ਨਜਿੱਠੀ ਆ, ਜਿਹੜੇ ਆਪਣੇ ਬਿਹੇਵੀਅਰ ਨੂੰ ਟਰਾਂਸਫਾਰਮ ਕਰ ਰਹੇ ਨੇ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਹੁਣੇ ਤਾਂ ਸਾਨੂੰ ਇਹ ਦੇਖਣਾ ਪੈ ਰਿਹਾ ਕਿ ਅਸੀਂ ਮਾਨਸ ਲੈਵਲ ਤੇ ਵੀ ਨਹੀਂ ਆ, ਅਸੀਂ ਪਸ਼ੂ ਲੈਵਲ ਤੇ ਖੜੇ ਆ, ਤੇ ਦੇਵਤੇ ਲੈਵਲ ਤੇ ਜਾਣ ਦੇ ਸਾਡੇ 2 ਮਾਈਲਸਟੋਨ ਮੀਲ ਪੱਥਰ ਅੱਗੇ ਖੜੇ ਨੇ। ਬਿਲਕੁਲ ਭਾਜੀ, ਇਹ ਜਿਹੜੀ ਤੁਸੀਂ ਆਰਗੇਨਾਈਜੇਸ਼ਨਲ ਸਟਰਕਚਰ ਦੀ ਗੱਲ ਕੀਤੀ ਹੈ, ਮੈਂ ਕੁਛ ਸਾਲ ਪਹਿਲਾਂ ਮੈਲਬਨ 'ਚ ਤੁਹਾਡਾ ਲੈਕਚਰ ਵੀ ਸੁਣਿਆ ਸੀ, ਤੁਸੀਂ ਸਪੈਸ਼ਲੀ ਇਹਦੇ 'ਤੇ ਪ੍ਰੈਜੈਂਟੇਸ਼ਨ ਵੀ ਦਿੱਤੀ ਸੀਗੀ ਕਿ ਅੱਜ ਦੀ ਜਿਹੜੀ ਇੱਕ ਵੱਡੀ ਪ੍ਰੋਬਲਮ ਹੈਗੀ ਹੈ ਸਾਡੀ ਛੋਟੀ ਤੋਂ ਵੱਡੀ ਆਰਗੇਨਾਈਜੇਸ਼ਨ ਦੇ ਵਿੱਚ, ਇੰਟੀਗ੍ਰਿਟੀ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈਗੀ। ਅਸੀਂ ਕੁਐਸਚਨ ਸਿਰਫ SGPC ਵਰਗੀਆਂ ਵੱਡੀਆਂ ਸੰਸਥਾਵਾਂ ਦੇ ਉੱਤੇ ਕਰਦੇ ਹਾਂ, ਬਟ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਭੁੱਲ ਜਾਂਦੇ ਹਾਂ
ਕਿ ਅਸੀਂ ਕੀ ਕਰ ਰਹੇ ਹਾਂ ਆਪਣੇ ਢਾਂਚੇ ਦੇ ਵਿੱਚ ਕੀ ਕਰ ਰਹੇ, ਭਾਵੇਂ ਕੋਈ ਗੁਰਦੁਆਰਾ ਹੋਵੇ, ਭਾਵੇਂ ਕੋਈ ਹੋਰ ਸੰਸਥਾ ਹੋਵੇ, ਤਾਂ ਹਰੇਕ ਦੀ ਜਿਹੜੀ ਇੰਟੀਗ੍ਰਿਟੀ ਹੈਗੀ ਉਹਦੇ ਉੱਤੇ ਕਿਤੇ ਨਾ ਕਿਤੇ ਜਿਹੜੇ ਨੇ ਸਵਾਲ ਉੱਠਦੇ ਨੇ ਔਰ ਉਹਨਾਂ ਦੇ ਸਟਰਕਚਰ ਨੂੰ ਲੈ ਕੇ ਉੱਠਦੇ ਨੇ। ਜੇ ਉਹ ਠੀਕ ਹੋ ਜਾਣ, ਉਹੀ ਗੱਲ ਤੁਸੀਂ ਕਹੀ ਕਿ ਆਪ ਅਸੀਂ ਕੀ ਕਰਦੇ ਹਾਂ, ਸਿੱਖ ਇਜ਼ ਅਬਾਊਟ ਮਾਈ ਸੈਲਫ, ਕਿ ਮਾਈ ਬਿਹੇਵੀਅਰ, ਹਾਓ ਆਈ ਡੀਲ ਵਿਦ ਅਦਰ ਪੀਪਲ, ਮੈਂ ਲੋਕਾਂ ਨਾਲ ਕਿੱਦਾਂ ਵਿਚਰਦਾ ਹਾਂ ਅਤੇ ਮੇਰਾ ਕੀ ਸੁਭਾਅ ਆ, ਉਹਦੇ ਵਿੱਚੋਂ ਹੀ ਸਿੱਖੀ ਨਜ਼ਰ ਆਉਣੀ ਚਾਹੀਦੀ ਆ। ਇਕੱਲਾ ਕਹਿ ਕਹਿਣ ਤਾਂ ਗੱਲ ਨਹੀਂ ਬਣਨੀ ਕਿ ਝੂਠ ਨਾ ਬੋਲੋ, ਝੂਠ ਨਾ ਬੋਲੋ, ਇਹਨੂੰ ਪ੍ਰੈਕਟੀਕਲੀ ਕਰਕੇ ਵੀ ਦੇਣਾ ਪੈਣਾ ਆ। ਤਾਂ ਥੈਂਕ ਯੂ ਭਾਅ ਜੀ, ਤੁਸੀਂ ਅੱਜ ਜਿਹੜਾ ਸਮਾਂ ਕੱਢ ਕੇ ਬਹੁਤ ਵਧੀਆ ਤੁਸੀਂ ਵਿਚਾਰ ਸ਼ੇਅਰ ਕੀਤੇ ਨੇ। ਆਈ ਹੋਪ ਕਿ ਜਿਹੜੇ ਤੁਸੀਂ ਅਖੀਰ ਦੇ ਵਿੱਚ ਕੰਕਲੂਡ ਕੀਤਾ, ਮੈਨੂੰ ਲੱਗਦਾ ਕੰਕਲੂਜਨ ਇਹ ਹੈਗਾ ਕਿ ਵੀ ਸਾਨੂੰ ਆਪਣੇ ਉੱਤੇ ਦੇਖਣਾ ਚਾਹੀਦਾ ਆ, ਭਾਵੇਂ ਯੂਥ ਵੀ ਹੋਵੇ, ਕਿਉਂਕਿ ਯੂਥ ਖਾਸ ਤੌਰ 'ਤੇ ਮੈਂ ਜਦੋਂ ਗੱਲ ਕਰਦਾ ਯੂਥ ਦੀ ਕਿ ਉਹ ਕੀ ਹੈ ਕਿ ਕਿਸੇ ਵੱਲ ਦੇਖਦੇ ਨੇ ਕਿ ਉਹ ਸਾਨੂੰ ਸੇਧ ਦੇ, ਅਸੀਂ ਉਹ ਤੋਂ ਸਿੱਖ ਲਈਏ ਉਹ ਕੀ ਕਹਿੰਦਾ, ਫਿਰ ਅਸੀਂ ਉਹਨੂੰ ਫੋਲੋ ਕਰੀਏ। ਤਾਂ ਉਹੀ ਗੱਲ ਹੈ ਕਿ ਵੀ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵੱਲ ਦੇਖਣ ਦੀ ਲੋੜ ਹੈ, ਆਪਣੇ ਇਤਿਹਾਸ ਵੱਲ ਦੇਖਣ ਦੀ ਲੋੜ ਹੈ, ਕਿਸੇ ਬੰਦੇ ਵੱਲ ਦੇਖਣ ਦੀ ਲੋੜ ਨਹੀਂ ਹੈਗੀ, ਆਪਣਾ ਬਿਹੇਵੀਅਰ ਜਿਹੜਾ ਉੱਥੋਂ ਟਰਾਂਸਫਾਰਮ ਕਰਨ ਦੀ ਲੋੜ ਹੈ, ਸਾਨੂੰ ਸੇਧ ਲੈਣ ਦੀ ਲੋੜ ਹੈ। ਜਿਹੜਾ ਕਰੰਟ ਪੋਲੀਟੀਕਲ ਸਟਰਕਚਰ ਆ ਉਹ ਵੀ ਸਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਆ, ਬਟ ਅਸੀਂ ਆਪਣਾ ਜਦੋਂ ਸਿੱਖੀ ਸਪਿਰਿਟ ਨੂੰ ਲੈ ਕੇ ਮੁਰੇ ਚੱਲਦੇ ਹਾਂ ਤਾਂ ਡੈਫੀਨੇਟਲੀ ਜਿਹੜੇ ਆ ਅਸੀਂ ਕਾਮਯਾਬੀ ਵੱਲ ਵਧਾਂਗੇ, ਬਟ ਉਹ ਜਿਹੜੀ ਨਿਘਾਰਤਾ ਹੀ ਆ ਉਹਨੂੰ ਅਸੀਂ ਆਪ ਹੀ ਦੂਰ ਕਰ ਸਕਦੇ ਹਾਂ। ਅਸੀਂ ਕਿਸੇ ਵੱਲ ਦੇਖਾਂਗੇ ਕਿ ਉਹ ਸਾਡੀ ਆ ਕੇ ਨਿਘਾਰਤਾ ਦੂਰ ਕਰਦੇ ਜਾਂ ਸਾਡੀ ਬਾਂਹ ਫੜ ਲਏ, ਜੋ ਅੱਜ ਦੀ ਡੇਟ 'ਚ ਹੋ ਰਿਹਾ ਆ ਕਿ ਵੀ ਵਾਰ ਵਾਰ ਕਿ ਤੂੰ ਆ ਜਾ, ਉਹ ਆ ਜਾਏ, ਸਾਨੂੰ ਉਹ ਆ ਕੇ ਬਾਹਰ ਕੱਢ ਲਵੇ ਇਸ ਮਜ਼ਦਾਰ ਦੇ ਵਿੱਚੋਂ, ਇਹ ਪੋਸੀਬਲ ਨਹੀਂ ਹੈਗਾ। ਅਸੀਂ ਆਪ ਹੀ ਨਿਕਲਣਾ ਪੈਣਾ ਆ ਔਰ ਗੁਰੂ ਦੀ ਬਾਂਹ ਫੜ ਕੇ ਜਿਹੜਾ ਆ ਅਸੀਂ ਨਿਕਲ ਸਕਦੇ, ਕਿਸੇ ਇਨਸਾਨ ਦੀ ਨਹੀਂ। ਭਾਅ ਜੀ ਥੈਂਕ ਯੂ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ। ਜੇ ਤੁਸੀਂ ਅਖੀਰ ਦੇ ਵਿੱਚ ਕੋਈ ਗੱਲ ਵੀ ਐਡ ਕਰਨਾ ਚਾਹੁੰਦੇ ਹੋ ਸਪੈਸੀਫਿਕਲੀ ਫੋਰ ਆਸਟ੍ਰੇਲੀਅਨ ਯੂਥ, ਕਿਉਂਕਿ ਇੱਥੇ ਯੂਥ ਪਾਪੂਲੇਸ਼ਨ ਹੈਗੀ ਆ, ਯੰਗ ਮਾਈਗਰੈਂਟਸ ਹੈਗੇ ਨੇ ਔਰ ਮੈਜੋਰਟੀ ਆਫ ਜਿਹੜੇ ਬੰਦੇ ਇੱਥੇ ਐਕਟਿਵ ਹੈਗੇ ਨੇ ਪੰਥਕ ਲੈਵਲ ਦੇ ਉੱਤੇ ਵੀ, ਉਹ ਸਾਰਾ ਯੂਥ ਆ ਜਿਹੜਾ ਕਿ 40 ਸਾਲ ਤੋਂ ਥੱਲੇ ਥੱਲੇ ਆ, ਉਹਨਾਂ ਲਈ ਸਪੈਸੀਫਿਕਲੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਕਿ ਉਹ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਟ੍ਰਾਂਸਫਰ ਕਰ ਸਕਣ ਤੇ ਆਪਣਾ ਵਿਜ਼ਨ ਜਿਹੜਾ ਉਹ ਸੈੱਟ ਕਰ ਸਕਣ? ਜ਼ਰੂਰ ਜੀ, ਆਸਟ੍ਰੇਲੀਆ ਵਿੱਚ ਜਿਹੜਾ ਮੈਂ ਥੋੜ੍ਹਾ ਬਹੁਤ ਸਰਵੇ ਕੀਤਾ ਆਪਣੇ ਤੋਰਾ ਫੋਰਾ ਇੱਥੇ ਕਰਕੇ, ਜਦ ਉੱਥੇ ਦੀਆਂ ਸੰਗਤਾਂ ਨੇ ਬੁਲਾਇਆ ਕਿਸੇ ਨਾ ਕਿਸੇ ਕਾਰਜ ਲਈ, ਇੱਕ ਜਿਹੜੀ ਨਵੇਖਲੀ ਗੱਲ ਮੈਂ ਆਸਟ੍ਰੇਲੀਆ 'ਚ ਦੇਖੀ ਹੈ, ਪਹਿਲਾਂ ਮੈਂ ਮੈਂਸ਼ਨ ਕਰਦਾ ਕਿ ਇੱਥੇ ਜਿਹੜਾ ਪ੍ਰਾਈਮੈਰੀਲੀ ਜਿਹੜਾ ਪਿਛਲੇ 7 ਤੋਂ 10 ਸਾਲ ਵਿੱਚ ਪੰਜਾਬ ਤੋਂ ਆਏ ਨੇ, ਉਹਨਾਂ ਦੇ ਕੋਲ ਨਾ ਵੱਡੇ ਐਸੈਟਸ ਨੇ, ਉਹਨਾਂ ਕੋਲ ਹਿੰਮਤ ਆ ਅਤੇ ਜਜ਼ਬਾ ਹੈਗਾ, ਅਤੇ ਜਿਹੜਾ ਇਹ ਪੰਜਾਬੀ ਸਿੱਖਾਂ ਨੂੰ ਕਈ ਜਣੇ ਲਾਉਂਦੇ ਨੇ ਨਾ ਥੱਲੇ, ਸੈਕਿੰਡ ਜਨਰੇਸ਼ਨ ਵੀ ਕਈ ਵਾਰ ਕਰਨੀ ਸ਼ੁਰੂ ਕਰ ਦਿੰਦੀ ਹੈ, ਮੈਂ ਉਹਨਾਂ ਨੂੰ ਇਹ ਗੱਲ ਖਾਸ ਕਰਕੇ ਦੇਣਾ ਚਾਹੁੰਦਾ ਕਿ ਜਿੰਨਾ ਕੰਮ ਪਿਛਲੇ 10 ਸਾਲਾਂ ਵਿੱਚ ਆਏ ਤਕਰੀਬਨ ਲੋਕੀ ਕਰ ਰਹੇ ਨੇ, ਇੰਨਾ ਕੰਮ ਮੈਂ ਕਿਤੇ ਹੋਰ ਨਹੀਂ ਦੇਖਿਆ ਦੁਨੀਆ ਵਿੱਚ ਸਿੱਖ ਕਰ ਰਹੇ ਹੋਣ। ਸੋ ਪਹਿਲੀ ਗੱਲ ਤਾਂ ਇਸ ਗੱਲ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਮੈਂ ਐਕਨੋਲੇਜ ਕਰ ਰਿਹਾ ਇੱਥੇ। ਦੂਸਰੀ ਗੱਲ, ਇਹ ਦੂਸਰੀ ਗੱਲ ਇਹਨਾਂ ਨਾਲ ਇਹ ਜੁੜੀ ਹੋਈ ਹੈ ਕਿ ਸਿਰਫ ਆਸਟ੍ਰੇਲੀਆ ਲਈ ਨਹੀਂ, ਇਹ ਸਾਰਿਆਂ 'ਤੇ ਲਾਗੂ ਹੋਊਗੀ, ਕਿ ਜਿਹੜੀ ਇੰਨੀ ਹਿੰਮਤ ਅਸੀਂ ਲਾ ਰਹੇ ਹਾਂ, ਜਿਹੜੀ ਐਨਰਜੀ ਅਸੀਂ ਕਹਿ ਰਹੇ ਹਾਂ, ਦੇਖੋ ਇਹਨੂੰ ਮੈਂ ਜੋੜਨਾ ਫਿਰ ਸੰਤਾੜੀ ਅਤੇ ਬਟਵਾਰੇ ਨਾਲ ਹੀ ਆ, ਇਵੈਂਚੁਅਲੀ ਸਾਡੇ ਕੰਮ ਕੀ ਨੇ? ਹੁਣ ਤੱਕ ਮੈਂ ਰਾਏ ਦੇ ਰਿਹਾ ਸੀ ਪਰਸਨਲੀ ਅਤੇ ਔਰਗਨਾਈਜੇਸ਼ਨਲੀ ਕੀ ਕੀਤਾ ਜਾਵੇ, ਪਰ ਜਦ ਅਸੀਂ ਇੱਕ ਵੱਡੇ ਲੈਵਲ 'ਤੇ ਕੁਛ ਕਰਨਾ ਨਾ, ਤੁਸੀਂ ਲਫ਼ਜ਼ ਪੰਥਕ ਲਫ਼ਜ਼ ਰਲ ਲਿਆ, ਆਈ ਡੋਂਟ ਈਵਨ ਨੋ ਐਨੀ ਮੋਰ, ਆਈ ਡੋਂਟ ਨੋ ਕਿ ਕਿਸੇ ਸਿੱਖਾਂ ਨੂੰ ਪਤਾ ਵੀ ਹੈ ਕਿ ਪੰਥਕ ਕੌਣ ਆ ਹੁਣ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਵੇਲੇ ਦਾ ਸਮਾਂ ਚੱਲ ਰਿਹਾ ਜੀ, ਜਦ ਉਹਨਾਂ ਨੇ ਅੰਮ੍ਰਿਤਸਰ ਤੋਂ ਐਲਾਨ ਕਰਕੇ ਹੁਕਮਨਾਮੇ 'ਚ ਲਿਖ ਕੇ ਪਹਿਲੀ ਚਿੱਠੀ ਲਿਖ ਕੇ ਭੇਜੀ ਨਾ ਕਿ ਅਸੀਂ ਪਟਨੇ ਆ ਰਹੇ ਹਾਂ ਬਿਹਾਰ ਵਿੱਚ, ਉਹਦੇ 'ਚ ਰੀਜ਼ਨ ਦਿੱਤਾ ਕਿਉਂ? ਕਹਿੰਦੇ ਕਿਉਂਕਿ ਇੱਥੇ ਇਹ ਨਹੀਂ ਪਤਾ ਲੱਗਦਾ ਕਿਹੜਾ ਮਸੰਦ ਗੁਰੂ ਦੇ ਨਾਲ ਆ ਅਤੇ ਕਿਹੜਾ ਮਸੰਦ ਸਟੇਟ ਦੇ ਨਾਲ ਆ, ਮਤਲਬ ਮੁਗਲ ਐਮਪਾਇਰ ਦੇ ਨਾਲ, ਕਿਉਂਕਿ ਸਾਰੇ ਸਿੱਖ ਸੀਗੇ ਉਸ ਵੇਲੇ ਵੀ, ਸਿੱਖ ਹੀ ਸੀ ਸਾਰੇ, ਅੱਜ ਵੀ ਸਾਰੇ ਸਿੱਖ ਨੇ। ਇਹ ਕਿਉਂ ਮੈਨੂੰ ਕਹਿਣਾ ਪੈ ਰਿਹਾ? ਜਦ ਅਸੀਂ ਪੰਥਕ ਕੰਮ ਕੋਟ ਔਨ ਕੋਟ ਕਿਸੇ ਨੇ ਕਰਨਾ, ਉਹ ਇੱਕ ਡਿਫਰੈਂਟ ਦਾਇਰਾ, ਉਹਦੇ ਲਈ ਇੱਕ ਪਰਟੀਕੁਲਰ ਸਕਿੱਲ ਸੈੱਟ ਚਾਹੀਦਾ, ਉਹਦੇ ਲਈ ਇੱਕ ਪਰਟੀਕੁਲਰ ਅੰਡਰਸਟੈਂਡਿੰਗ ਚਾਹੀਦੀ ਆ, ਉਹਦੇ ਲਈ ਇੱਕ ਪਰਟੀਕੁਲਰ ਰਿਸੋਰਸਿਸ ਚਾਹੀਦੇ ਨੇ, ਉਹਦੇ ਲਈ ਇੱਕ ਪਰਟੀਕੁਲਰ ਡਿਸਿਪਲਿਨ ਚਾਹੀਦਾ। ਉਹ ਇਸ ਤਰ੍ਹਾਂ ਗੱਲਾਂ ਕਰਕੇ ਨਹੀਂ ਹੋਊਗਾ। ਉਹ ਮੈਂ ਨਹੀਂ ਇਹ ਦਾਅਵਾ ਕਹਿ ਰਿਹਾ ਕਿ ਮੈਨੂੰ ਪਤਾ ਉਹ ਕਿਵੇਂ ਕਰਨਾ, ਬਟ ਮੈਨੂੰ ਇੰਨਾ ਕੁ ਪਤਾ ਲੱਗ ਰਿਹਾ ਜਦ ਮੈਂ ਸਿੱਖ ਹਿਸਟੋਰੀਕਲ ਸਟੱਡੀ ਕਰ ਰਿਹਾ, ਇਨਕਲੂਡਿੰਗ ਇਨ ਲਾਸਟ 30 ਈਅਰਸ ਦੀ ਵੀ, ਜਾਂ ਉਸ ਤੋਂ ਪਹਿਲਾਂ ਦੀ ਦੇਖੀ ਦੀ ਆ, ਜਾਂ ਗਲੋਬਲ ਮੂਵਮੈਂਟਸ ਵਿੱਚ ਦੇਖੀ ਦਾ। ਤੇ ਮੂਵਮੈਂਟ ਦਾ ਮਤਲਬ ਇੱਥੇ ਇਕੱਲਾ ਆਰਮ ਰੈਜ਼ਿਸਟੈਂਸ ਤਾਂ ਨਹੀਂ ਹੁੰਦਾ, ਮੂਵਮੈਂਟ ਦਾ ਮਤਲਬ ਹੁੰਦਾ ਕਿ ਕਿਸੇ ਵੀ ਰੁੱਖ ਨੂੰ ਬਦਲਣਾ, ਜਦ ਉਹ ਇੱਕ ਪਰਟੀਕੁਲਰ ਸਟਾਈਲ ਆ ਸਿੱਖਾਂ ਦਾ ਵੀ ਕਰਨ ਦਾ, ਸਾਡੀ ਉਹਦੇ ਪ੍ਰਤੀ ਜਿਹੜੀ ਸੁਹਿਰਦਤਾ, ਉਹ ਸਾਨੂੰ ਇੱਕ ਡਿਸਿਪਲਿਨ ਤਰੀਕੇ ਨਾਲ, ਜਿਹਨੂੰ ਅਸੀਂ ਸਿਦਕ ਦੇ ਨਾਲ, ਇਕੱਲਾ ਇਹ ਲਫ਼ਜ਼ ਵਰਤ ਲੈਂਦੇ ਹਾਂ, ਮੈਂ ਵੀ ਵਰਤਿਆ ਸੀ ਅਰਲੀਅਰ, ਉਹ ਇਸ ਤਰ੍ਹਾਂ ਨਹੀਂ ਹੋਊਗਾ ਗੱਲਾਂ ਕਰਕੇ ਇੱਕ ਅੱਧੇ ਘੰਟੇ ਦੇ ਲੈਕਚਰ 'ਚ। ਉਹਨਾਂ ਨੂੰ ਤਾਂ ਆਪਣੀ ਮਿਹਨਤ ਚਾਹੀਦੀ ਆ, ਮੈਂ ਇੱਥੇ ਉਹਦੇ ਨਾਲ ਜੋੜ ਰਿਹਾ ਗੱਲ ਅਖੀਰ ਵਿੱਚ, ਉਹ ਕਿਉਂ ਮੈਂ ਇੱਦਾਂ ਜੋੜ ਰਿਹਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇੱਕ ਵੱਡਾ ਨਾਂ ਸਿੱਖਾਂ ਦਾ, ਉਹਨਾਂ ਨੇ ਮਾਤਾ ਸੁੰਦਰੀ ਵੇਲੇ ਤੋਂ ਲੈ ਕੇ
1765 तक का समा देखिया, उन्होंने यह भी देखिया कि बाबा बंदा सिंह बहादुर का किस तरह कतलेआम किया 700 सिखा दे नाल। उन्होंने ये भी देखिया बड़े घल्लूघारों ने, उन्होंने छोटा घल्लूघारा भी देखिया। ये होंगी है तैयारी करनी, ये होंगी है सिखी नूं ते जिहड़ियां बाहरलियां योजनावां नूं ख्याल रखना कि चल की रहा ते सिखना उहदे विच भी, ते भावें 10 वारी भी सानूं हरा दिता जाए, ये आ सिखी नूं जीण की तैयारी। ते जब कैप्चर कर लिया लाहौर नूं 1765 दे विच, फिर उस वेले सिखां नूं रोकणा कि जिहड़ी एक मिसल साडे नाल ना आई आई जिहड़ी फूलकियां सी जिहनूं अज असीं पटियाला हाउस आखदे हां, असीं उहनां नूं भी मारन नहीं जाणा। जिहड़ा वैल्यू सिस्टम आ ना, दिस रिक्वायर्स, जिहनूं असीं गुरबाणी दे लफ्ज़े वरतीए, ये जिहड़ी इंटेंसिटी आ ना, ये हैगी मशक्कत घाल, ये आ ये घड़ी जाऊगी शब्द की टकसाल दे विचों, ये घड़ी गई है सिखां दी, ते पिछले 30 सालों विच भी घड़ी गई आ जिहड़ी शब्द की टकसाल आ ना। असीं एवें बाणियां दे झगड़िया दे विच, ग्रंथां दे झगड़िया विच फस रहे हाँ, ये असीं मशक्कत दूर जा रहे हाँ। नहीं तां इन्नी किसी की जरूरत कि सानू किसी बाणी दे उत्ते या गुरु जे तुसीं मनदे हो नहीं मनदे हो, मैं उहदे वल नहीं जा रहा कि असीं इन्ने हुण पिलपिले हो गए हाँ, इन्ने कॉम्पलैक्सिस आ गए ने कि असीं अपने वड्डे एजेंडे नूं छड्ड के इत्थे आ गए हाँ। मैं जस्सा सिंह आलूवाले वल इशारा तां दित्ता कि उन्होंने बटवारिया की थां जिन्हों असीं जेनोसाइड्स ते घल्लूघारे आखदे हाँ, उन्होंने विचों निकल के गए ने, वह निकल के भी अपनी सुरत नूं गुरु नाल जोड़ी रख्या, ते अपने निशाने नूं कौम दे प्रति रख्या, ते हर लैवल ते इवेंचुअली जिहड़ा 700 साल का पंजाब गुलाम सी, वह 700 साल का जिथे इंडिजनस राज नहीं होया सी 1765 विच कायम करता सी। ये आ सिख एग्जाम्पल, शाइनिंग एग्जाम्पल। गुरु तो परफेक्ट आ, बड़े गुरु दे वह सिख ने जिन्हां दे फादर भी नहीं सी, जिहड़े सिंगल मदर तो रेज होए, बटवारिया विच भी बड़ियां सिंगल मदरस होईयां, ते किन्नी मदर पता नहीं की हो गया उन्हां नूं, किन्नियां ही खूहां विच सिटतियां, जिवें असीं 84 तो बाद भी हुण पंजाब विच पिछले 20 सालां च देखो जिहड़ा साडे विच एक साइकोलॉजिकल लैवल दा ट्रॉमा इदां भी चल रहा कि असीं किस तरह वायलेंस क्रिएट कीती हुई अपने घरां दे विच भी, बट असीं पढ़ना किस तरह दा जस्सा सिंह आलूवालिया वर्गा कि जो मर्जी हो जाए साडे बिहेवियर दे विच नफरत नहीं आनी चाहीदी, नाम दे कल्चर चों असीं बाहर आईए, फिर पंथक योजना बनो, फिर सानू जिवें पुराने दल खालसे सी ते पुराने मिसलां दे सरदार सी उह इदां नहीं बह जांदे सी, उहनां दे विच वी बड़ी ऊणत आईआं सी, बट उहनां दी सुरत शब्द दे विच सी, उहनां दा निशाना पंथ दा सी, इदां कम हुंदे ने, ते उह जिन्हां ने कम करना उह इक वखरा विशा, उहनां दा इक वखरा डिसिपलिन चाहीदा, उत्थे इक वखरे किस्म दा एनालिसिस चाहीदा, स्ट्रैटेजी चाहीदी आ, तां उह कम होणगे। ਬਿਲਕੁਲ ਜੀ, ਬਿਲਕੁਲ ਭਾਜੀ, ਥੈਂਕ ਯੂ ਭਾਜੀ, ਤੁਸੀਂ ਇੱਕ ਜਿਹੜਾ ਕਨਕਲੂਜਨ ਅਖੀਰ 'ਚ ਦੇਤਾ, ਮੈਨੂੰ ਲੱਗਦਾ ਇਹ ਤੋਂ ਉੱਪਰ ਹੁਣ ਮੈਂ ਨਹੀਂ ਇਹਨੂੰ ਅੱਗੇ ਕਨਕਲੂਡ ਕਰ ਸਕਦਾ ਕੋਈ ਵੀ, ਕਿਉਂਕਿ ਤੁਸੀਂ ਆਲਰੇਡੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਕਨਕਲੂਜ ਕਰਤਾ ਕਿ ਸਾਡੀ ਸੁਰਤ ਕਿੱਧਰ ਨੂੰ ਚਾਹੀਦੀ ਹੈ। ਗੱਲ ਸਾਰੀ ਸੁਰਤ ਦੀ ਹੈ, ਜੇ ਸਾਡਾ ਕੰਸਨਟ੍ਰੇਸ਼ਨ ਉੱਧਰ ਨੂੰ ਬਣ ਗਿਆ ਤਾਂ ਸਾਡਾ ਵਿਜ਼ਨ ਵੀ ਜਿਹੜਾ ਉਹ ਕਲੀਅਰ ਹੋ ਜਾਊਗਾ। ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ, ਤੁਹਾਡੇ ਕੋਲ ਹਨੇਰਾ ਵੀ ਹੋ ਗਿਆ, ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ, ਤਾਂ ਸਾਡੇ ਜਿਹੜੇ ਦਰਸ਼ਕ ਨੇ ਇਸ ਮੁੱਦੇ ਦੇ ਉੱਤੇ ਜੋ ਬੜਾ ਜ਼ਰੂਰੀ ਹੈ, ਸੈਂਸਿਟਿਵ ਹੈ, ਤੁਸੀਂ ਉਹਦੇ ਉੱਤੇ ਸਾਂਝ ਪਾਈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।